ਹੁਣ ਮੇਰੇ ਨਾਲ ਸਰਦਾਰ ਰਾਜ ਸਿੰਘ ਪੰਡਾਲ ਨੇ ਬੰਜਾਰਾ ਨਮਾਇਡ ਤੋਂ ਜਿਹੜੇ ਬਰਾਬਰਤਾ ਦੀ ਮਨੁੱਖਤਾ ਦੀ ਗੱਲ ਸਭੇ ਸਾਂਝੇਵਾਲ ਸਦਾਇਨ ਕੋਈ ਨਾ ਦੱਸੇ ਬਾਹਰਾ ਜੀਓ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਕੁਛ ਠੀਕ ਨਹੀਂ ਹੋ ਰਿਹਾ। ਇਹ ਗਰੁੱਪ ਵੈਸੇ ਤਾਂ ਕਲੈਕਟੇਬਲਸ ਜਿਹੜੀਆਂ ਪੁਰਾਣੀਆਂ ਧਰਮ ਦੀਆਂ ਸਾਡੀਆਂ ਚੀਜ਼ਾਂ ਉਹਨਾਂ ਦਾ ਸੰਗ੍ਰਹਿ ਹੈ ਰਾਜ ਉਹਨਾਂ ਕੋਲ, ਪਰ ਪਿਛਲੇ ਦਿਨੀ ਆਪਾਂ ਕਈ ਸ਼ੋ ਇਹਨਾਂ ਨਾਲ ਕੀਤੇ ਨੇ ਅਤੇ ਹੁਣ ਜਿਹੜੀ ਗੱਲ ਵੱਡੀ ਉੱਭਰ ਕੇ ਆ ਰਹੀ ਹੈ, ਬਰਨਵੀ ਮਿਊਜ਼ੀਅਮ ਦੇ ਵਿੱਚ ਇੱਕ ਪ੍ਰਦਰਸ਼ਨੀ ਸ਼ੁਰੂ ਹੋਈ ਹੋਈ ਹੈ ਜ਼ਾਤ ਪਾਤ 'ਤੇ, ਪਰ ਉਹ ਪ੍ਰਦਰਸ਼ਨੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਿਛਲੀ ਵਾਰ ਵੀ ਉਹ ਦੱਸ ਕੇ ਗਏ ਨੇ, ਹੁਣ ਉਹ ਪੂਰੇ ਪਲੈਕਰਡਸ ਬਣਾ ਕੇ ਲੈ ਕੇ ਆਏ ਨੇ, ਸਟੂਡੀਓ 'ਚ ਸਾਰੇ ਪਏ ਨੇ ਆਲੇ ਦੁਆਲੇ ਮੇਰੇ, ਮੈਂ ਉਹਨਾਂ ਨੂੰ ਪੜ੍ਹ ਰਿਹਾ ਵੇਖ ਰਿਹਾ ਕਿਉਂਕਿ ਕਈ ਵਾਰ ਵੇਖਣ 'ਚ ਗੱਲ ਹੁਣ ਇੱਥੇ ਅਸੀਂ ਰਹਿ ਰਹੇ ਹਾਂ। ਮੈਂ ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਕਿ ਜ਼ਾਤ ਪਾਤ ਹੈ, ਜਦ ਗੋਤ ਬੰਦਾ ਲਿਖਦਾ ਹੈ ਉਹ ਜ਼ਾਤ ਪਾਤ ਕਰਕੇ ਲਿਖਦਾ ਜਾਂ ਇੱਥੇ ਆਦਤ ਵੀ ਪੈ ਗਈ ਲਾਸਟ ਨੇਮ ਲਿਖਾਉਣ ਦੀ ਪਾਸਪੋਰਟਾਂ 'ਤੇ ਚੇਂਜ ਕਰਤੀ, ਪਰ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਕਰਦੇ। ਬਰਾਬਰਤਾ ਦੀ ਗੱਲ, ਚਾਰ ਚਾਰ ਪੀੜ੍ਹੀਆਂ ਦਾ ਭਾਈਚਾਰਾ ਰਹਿ ਰਿਹਾ, ਆਪਸ ਵਿੱਚ ਰਿਸ਼ਤੇਦਾਰੀਆਂ ਪਈਆਂ ਹੋਈਆਂ ਨੇ, ਹੁਣ ਇਹ ਕਿਹੜੀ ਖਾਸ ਜ਼ਰੂਰਤ ਪੈ ਗਈ ਜਿਹਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ? ਮੈਂ ਮੰਨਦਾ ਕਈ ਪ੍ਰੋਜੈਕਟ ਨੇ ਜਿਹੜੇ ਫੈਡਰਲ ਫੰਡਿੰਗ ਉਹਦੇ 'ਚ ਹੁੰਦੀ ਹੈ, ਇਨਵੋਲਵ ਹੁੰਦੀ ਹੈ, ਫੰਡਿੰਗ ਲੈ ਲਓ ਤੁਸੀਂ, ਬਹੁਤ ਕੰਮ ਨੇ ਉਹਦੇ 'ਚ, ਹੋਰ ਫੰਡਿੰਗ ਲੈ ਲਓ, ਬਹੁਤ ਚੈਰਿਟੀਜ਼ ਬਣੀਆਂ ਹੋਈਆਂ ਨੇ, ਐਨ ਜੀ ਓਜ਼ ਬਣੀਆਂ ਹੋਈਆਂ ਨੇ, ਉਹ 5-4 ਮਿਲੀਅਨ ਸਾਲ ਦਾ ਢੁੱਕ ਲੈਂਦੀਆਂ, ਇਸੇ ਤਰ੍ਹਾਂ ਤੁਸੀਂ ਕਰ ਲਓ ਕੁਛ। ਪਰ ਇਹੋ ਜਿਹਾ ਨਾ ਕੋਈ ਅਸੀਂ ਸ਼ੁਰੂ ਕਰ ਲਈਏ, ਇਸ ਤਾਂ ਪਹਿਲਾਂ ਮੰਦੜੇ ਨਵੇਂ 'ਚੋਂ ਮਸਾਂ ਨਿਕਲਿਆ, ਉੱਪਰੋਂ ਥੱਲੇ ਬਹਿ ਕੇ ਰੌਲਾ ਪੈਣ ਤੋਂ, ਉਹਦੇ 'ਤੇ ਹੁਣ ਅਸੀਂ ਐਡੇ ਕਰੜੇ ਹੋਏ ਹਾਂ ਵੀ ਅਸੀਂ ਇਹੋ ਜਿਹੀ ਭਾਈਚਾਰੇ 'ਚ ਕੋਈ ਗੱਲ ਨਹੀਂ ਹੋਣ ਦੇਣੀ ਜਿਹਦੇ ਨਾਲ ਸਾਡਾ ਫਰਕ ਪਵੇ। ਪਨਾਲ ਸਾਹਿਬ ਨਾਲ ਕਰਦੇ ਹਾਂ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਜੀ ਜੀ ਜੀ। ਅੱਛਾ ਜੀ, ਦੱਸੋ, ਆਹ ਤਾਂ ਬਹੁਤ ਕੰਮ ਕਰਕੇ ਲਿਆਇਓ ਵਿਖਾਉਣ ਲਈ ਤੁਸੀਂ ਸਾਨੂੰ, ਮਤਲਬ 12-14 ਦੇ ਕਰੀਬ ਇਹ ਸਾਰੀ ਉਹ ਪ੍ਰਦਰਸ਼ਨੀ ਦਾ ਹੂ ਬਹੂ ਬਣਾ ਕੇ ਬੋਰਡਸ 'ਤੇ ਲੈ ਕੇ ਆਇਓ, ਹੁਣ ਅੰਤਰੀਵ ਕੀ ਕਹਿੰਦਾ, ਕੀ ਹੋ ਕੀ ਰਿਹਾ ਹੈ ਇਹਦੇ ਵਿੱਚ? ਜੀ, ਜਿਹੜੀ ਇੱਕ ਬਹੁਤ ਆਪਾਂ ਨੂੰ ਜਿਹੜੀ ਦੇਖਣ ਵਾਲੀ ਗੱਲ ਆ ਨਾ, ਔਰ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਉਹ ਇਹ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕੰਪੈਰੀਜ਼ਨ ਜਿਹੜੀ ਆਪਾਂ ਪੈਗੰਬਰਾਂ ਤਾਂ ਵਿੱਚ ਤਾਂ ਚਲੋ ਕਰ ਸਕਦੇ ਹਾਂ, ਪਰ ਜਦੋਂ ਆਪਾਂ ਉਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ ਫੂਲਨ ਦੇਵੀ ਨਾਲ, ਡਾਕਟਰ ਅੰਬੇਦਕਰ ਸਾਹਿਬ ਨਾਲ, ਗਿਆਨੀ ਦੇਵ ਸਿੰਘ ਹੁਣਾਂ ਨਾਲ, ਭਗਤ ਸਿੰਘ ਹੁਣਾਂ ਨਾਲ, ਉਹ ਫਿਰ ਕੋਈ ਅੱਛੀ ਗੱਲ ਨਹੀਂ ਹੈਗੀ, ਔਰ ਸਿੱਖ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਬਿਲਕੁਲ ਇੱਦਾਂ ਹੀ ਜਦੋਂ ਤੁਸੀਂ ਇੱਕ ਹੋਰ ਪਲੈਕਟ 'ਤੇ ਲਿਖਿਆ ਹੋਇਆ ਕਿ ਜਿਹੜਾ ਆਪਣਾ ਚਮਕੀਲਾ ਗਾਇਕ ਸੀਗਾ, ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਬੀਬੀ ਅਮਰਜੋਤ ਹੁਣੀ, ਉਹ ਜੱਟਾਂ ਦੀ ਧੀ ਸੀਗੀ, ਔਰ ਜੱਟਾਂ ਨੇ ਉਹਨਾਂ ਨੂੰ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ ਇੱਕ ਦਲਿਤ ਨਾਲ ਵਿਆਹੀ ਹੋਈ ਸੀਗੀ। ਔਰ ਜਦੋਂ ਅਸੀਂ ਇਹਦੇ ਬਾਰੇ ਰੀਸਰਚ ਕੀਤੀ ਆ ਤਾਂ ਉਹ ਜੱਟਾਂ ਦੀ ਧੀ ਨਹੀਂ ਸੀਗੀ। ਮੈਂ ਇਹ ਨਹੀਂ ਕਹਾਂਗਾ ਕਿ ਉਹ ਕਿਹਨਾਂ ਦੀ ਸੀਗੀ, ਕਿਉਂਕਿ ਮੈਂ ਜਾਤ ਪਾਤ 'ਚ ਯਕੀਨ ਨਹੀਂ ਰੱਖਦਾ। ਠੀਕ। ਸੋ ਜਿਹਨਾਂ ਨੇ ਦੇਖਣਾ ਖੁੱਲ੍ਹ ਜਾ ਕੇ ਦੇਖ ਲੈਣ, ਪਰ ਉਹਨੂੰ ਕਿਉਂ ਜੱਟਾਂ ਦੀ ਧੀ ਬਣਾਇਆ ਗਿਆ? ਇਹਦੇ ਪਿੱਛੇ ਜਿਹੜੀ ਇਹਦੀ ਪੁਲਿਸ ਆ ਨਾ ਜੀ, ਉਹ ਇੱਦਾਂ ਦੇਖਣ ਨੂੰ ਲੱਗੀ ਵੀ ਦਲਿਤ ਵਰਸਿਸ ਸਿੱਖ ਪੰਜਾਬੀ ਜੱਟ ਕਲੈਕਟਿਵਲੀ। ਸੋ ਇਹ ਕੋਈ ਅੱਛੀ ਗੱਲ ਨਹੀਂ ਹੈਗੀ, ਕਿਉਂਕਿ ਦਲਿਤ ਭਾਈਚਾਰਾ ਰਿਸਪੈਕਟਡ ਭਾਈਚਾਰਾ ਹੈ, ਇੱਦਾਂ ਹੀ ਸਿੱਖ ਭਾਈਚਾਰਾ ਹੈ, ਇੱਦਾਂ ਹੀ ਪੰਜਾਬੀ ਆ। ਬੇਸ਼ੱਕ ਮੈਂ ਜਾਤ 'ਚ ਯਕੀਨ ਨਹੀਂ ਕਰਦਾ, ਪਰ ਜੇ ਕੋਈ ਕਰਨਾ ਚਾਹੁੰਦਾ ਮੈਂ ਉਹਦੇ ਨਾਲ ਧੱਕਾ ਨਹੀਂ ਕਰ ਸਕਦਾ ਵੀ ਦੇਖੋ ਜੀ ਤੁਹਾਨੂੰ ਨਹੀਂ, ਉਹ ਤਾਂ ਉਹਦੀ ਆਪਣੀ ਮੌਜ ਹੈ ਨਾ। ਇੱਦਾਂ ਹੀ ਜਿਹੜੇ ਐਕਡੈਮਿਕਸ ਨੇ ਉਹ ਇੱਦਾਂ ਲੱਗ ਰਿਹਾ ਜਿੱਦਾਂ ਉਹਨਾਂ ਨੇ ਵਿਕੀਪੀਡੀਆ 'ਤੇ ਜਾ ਕੇ ਰਿਸਰਚਾਂ ਮਾਰ ਕੇ ਅਤੇ ਫੈਡਰਲ ਗ੍ਰਾਂਟ ਅਪਰੂਵਲ ਕਰਾ ਲਈ ਹੈ।
ਇਹਦੇ ਵਿੱਚ ਤਕਰੀਬਨ ਅੱਧੀ ਦਰਜਨ ਤੋਂ ਜ਼ਿਆਦਾ ਇੰਸਟੀਟਿਊਸ਼ਨ ਜਿਹੜੇ ਆਪਣੇ ਬਹੁਤ ਸਿਰਮੌਰ ਨੇ, ਜਿੱਦਾਂ ਯੂ ਬੀ ਸੀ ਆ, ਯੂ ਐੱਫ ਬੀ ਆ, ਉਹਦੇ ਤੋਂ ਬਾਅਦ ਦੋ ਇਹਦੇ ਵਿੱਚ ਅਮੈਰੀਕਨ ਯੂਨੀਵਰਸਿਟੀਜ਼ ਇਨਵੋਲਵ ਨੇ ਔਰ ਉਹਨਾਂ ਦੇ ਐਕਡੈਮਿਕ ਇਨਵੋਲਵ ਨੇ, ਪਰ ਇਹ ਦੇਖਣ ਨੂੰ ਲੱਗਦਾ ਨਹੀਂ ਹੈਗਾ ਵੀ ਕਿਸੇ ਐਕਡੈਮਿਕ ਦੀ ਲਿਖੀ ਹੋਈ ਆ, ਸਾਰੀ ਜਿਹੜੀ ਇਹ ਕਹਾਣੀ ਬੁਣੀ ਹੋਈ ਆ। ਔਰ ਇਹ ਕਲੇਮ ਤਾਂ ਇਹ ਕਰਦੀ ਆ ਵੀ ਰੈਜ਼ੀਲੀਅੰਸ, ਯੂਨਿਟੀ ਐਂਡ ਕਲੈਕਟਿਵ ਫਾਈਟ, ਪਰ ਜਦੋਂ ਇਹਨੂੰ ਤੁਸੀਂ ਪੜ੍ਹਦੇ ਹੋ ਉਹਦੇ 'ਚ ਫਰੈਜਿਲਿਟੀ, ਡਿਵੀਜ਼ਨ ਅਤੇ ਸੈਪਰੇਟਿਜ਼ਮ ਦਿਸਦੀ ਆ। ਸੋ ਉਹਦੇ ਕਰਕੇ ਅਸੀਂ ਪਿਛਲੀ ਤਕਰੀਬਨ ਮਾਰਚ ਤੋਂ ਇਹਦੇ ਬਾਰੇ ਗੱਲ ਕਰ ਰਹੇ ਹਾਂ, ਮੈਂ ਤੁਹਾਡੇ ਨਾਲ ਵੀ ਗੱਲ ਕੀਤੀ। ਬਿਲਕੁਲ ਜੀ, ਫੇਸਬੁੱਕ 'ਤੇ ਬਹੁਤ ਲਿਖ ਰਹੇ ਹੋ ਤੁਸੀਂ। ਹਾਂਜੀ, ਆਪਾਂ ਵੀ ਲਿਖ ਰਹੇ ਹਾਂ ਔਰ ਕਈ ਸੱਜਣ ਹੋਰ ਉਹ ਆਪਣੀ ਤੌਰ 'ਤੇ ਲਿਖ ਰਹੇ ਨੇ। ਬਰਨਵੀ ਵਿਲੇਜ ਮਿਊਜ਼ੀਅਮ ਦੀ ਜਿਹੜੀ ਫੇਸਬੁੱਕ ਹੈ ਉਹ ਤਕਰੀਬਨ ਲਾਸਟ ਟਾਈਮ ਮੈਂ ਦੇਖਿਆ ਸ਼ਾਇਦ 50 ਜਾਂ 52 ਕਮੈਂਟ ਚਲੇ ਗਏ ਨੇ ਔਰ ਕੋਈ ਵੀ ਉਹਦਾ ਜਵਾਬ ਨਹੀਂ ਦੇ ਰਿਹਾ। ਇਹਦੀ ਫੰਡਿੰਗ ਕਦੋਂ ਹੋਈ ਆ, ਕਿਹਨੇ ਕਰਵਾਈ ਆ, ਕਿੱਦਾਂ ਹੋਈ ਆ, ਕਿੰਨੇ ਦੀ ਹੋਈ ਆ, ਕਿਉਂਕਿ ਜਿਹੜੀ ਮੈਂ ਗੱਲ ਕਰ ਰਿਹਾ। ਹਾਂਜੀ ਹਾਂਜੀ, ਮੈਂ ਉਹੀ ਜਿਹੜੀ ਮੈਂ ਵੀ ਸਵਾਲ ਕਰ ਰਿਹਾ ਨਾ, ਐਜ਼ ਅ ਟੈਕਸ ਪੇਅਰ ਕਰ ਰਿਹਾ, ਕਿਉਂਕਿ ਨਾ ਤਾਂ ਮੈਂ ਅਕੈਡੈਮਿਕ ਹਾਂ, ਨਾ ਹੀ ਕੋਈ ਆਪਣੇ ਕੋਲ ਉੱਦਾਂ ਕੋਈ ਟਾਈਟਲ ਵਗੈਰਾ ਆ, ਹੈ ਨਾ। ਸੋ ਐਜ਼ ਅ ਟੈਕਸ ਪੇਅਰ ਜਿਹੜੀ ਸਾਰਿਆਂ ਤੋਂ ਦੁੱਖ ਦੀ ਗੱਲ ਹੈ ਵੀ ਤੁਸੀਂ ਤੁਹਾਡਾ ਵੈਸੇ ਹੀ ਤੁਹਾਡੀ ਹਿੰਮਤ ਕਿੱਦਾਂ ਪਈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਸੇ ਨਾਲ ਕੰਪੇਅਰ ਕਰੋ, ਪੈਗੰਬਰ ਨਾਲ ਕਰ ਲਓ, ਕੋਈ ਗੱਲ ਨਹੀਂ, ਕਿਉਂਕਿ ਅਸੀਂ ਕਹਾਂਗੇ ਵੀ ਜੀਸਸ ਕ੍ਰਾਈਸ, ਹਜ਼ਰਤ ਮੁਹੰਮਦ, ਇੱਦਾਂ ਕਰ ਸਕਦੇ ਹੋ ਤੁਸੀਂ, ਪਰ ਤੁਸੀਂ ਫੂਲਨ ਦੇਵੀ ਨਾਲ ਥੋੜ੍ਹੀ ਕਰ ਦੇਣਾ ਹੁਣ। ਔਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਫੂਲਨ ਦੇਵੀ ਦਾ ਘਟਾ ਕਰ ਰਹੇ ਹਾਂ ਜੀ, ਉਹ ਹੈਗੇ ਨੇ ਰੈਡੀਕਲ ਨੇ, ਉਹ ਆਪਣੇ ਹੱਕਾਂ ਲਈ ਲੜੇ ਨੇ, ਉਹ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਕੰਪੈਰੀਜ਼ਨ ਨਹੀਂ ਹੋ ਸਕਦਾ। ਇਹ ਬਨਾਲ ਸਾਹਿਬ ਸ਼ਰਾਰਤ ਇਹਨੂੰ ਲੱਗਦੀ ਹੈ ਜਾਂ ਇਹ ਇਨੋਸੈਂਟ ਮਿਸਟੇਕ ਹੈ? ਦੇਖੋ ਜੀ, ਜਿਹੜੀ ਫੈਡਰਲ ਗਵਰਨਮੈਂਟ ਨੇ ਫੰਡਿੰਗ ਦਿੱਤੀ ਆ ਨਾ, ਉਹ ਤਾਂ ਬੜੇ ਸੁਹਿਰਦ ਨੇ, ਉਹਨਾਂ ਦਾ ਵੱਲੋਂ ਕੋਈ ਨਹੀਂ ਵੇਖਦਾ ਇਹਨੂੰ। ਉਹੀ ਤਾਂ ਦੁੱਖ ਹੈ ਜੀ ਵੀ ਕਿਹਨੇ ਇਹਨੂੰ ਅਪਰੂਵ ਕੀਤਾ ਸਾਰੀ ਨੂੰ, ਅਤੇ ਆ ਕੇ ਘੁੰਡ ਚਕਾਈ ਕੀਤੀ ਜਗਮੀਤ ਸਿੰਘ ਹੋਣਾ ਨੇ। ਹਾਂਜੀ, ਔਰ ਉਹਨਾਂ ਨੇ ਵੀ ਮੈਨੂੰ ਪੜ੍ਹਿਆ ਨਹੀਂ, ਉਹਨਾਂ ਨੇ ਅੰਦਰ ਇੱਦਾਂ ਹੀ ਲੱਗਦਾ ਜੀ, ਕਿਉਂਕਿ ਕਈ ਵਾਰੀ ਇੱਦਾਂ ਹੁੰਦੀ ਨਾ ਇੰਟੈਂਸ਼ਨ, ਜਿੱਦਾਂ ਹੁਣ ਕਈ ਬਿਜ਼ਨਸ ਦੇ ਨਾਮ ਲਿਖੇ ਹੋਏ ਨੇ ਉਹਦੇ ਉੱਪਰ, ਸੋ ਜਦੋਂ ਆਪਾਂ ਹੁਣ ਮੇਰੇ ਕੋਲ ਕੋਈ ਆਵੇ ਕਹੇ ਐਂਟੀ ਰੇਸਿਜ਼ਮ 'ਤੇ ਗੱਲ ਕਰੋ, ਅਤੇ ਮੈਂ ਕਹਾਂਗਾ ਜ਼ਰੂਰ ਕਰ ਲੈਂਦੇ ਹਾਂ, ਪਰ ਹੁਣ ਮੈਨੂੰ ਪਤਾ ਨਹੀਂ ਜੀ ਉੱਥੇ ਜਾ ਕੇ ਹੋਣਾ ਕੀ ਆ, ਔਰ ਜੇ ਮੈਂ ਚਲਾ ਵੀ ਜਾਵਾਂ ਕਈ ਵਾਰੀ ਸਕੈਜੂਲ ਆਪਣੇ ਉੱਦਾਂ ਦੇ ਹੁੰਦੇ ਆ, ਔਰ ਸਮਾਂ ਨਹੀਂ ਹੈ। ਔਰ ਦੂਜਾ ਇਹ ਆ ਵੀ ਜਿਹੜੇ ਇਹਦੇ ਵਿੱਚ ਚਿੰਨ੍ਹ ਨੇ ਅਤੇ ਪ੍ਰਤੀਕ ਨੇ, ਉਹਨਾਂ ਨੂੰ ਸਮਝਣ ਦੀ ਲੋੜ ਜਾਂ ਉਹਨਾਂ ਨੂੰ ਸਮਝਣ ਦੀ ਜਿਹੜੀ ਕੈਪੇਬਿਲਿਟੀ ਕਪੈਸਿਟੀ ਹਰੇਕ ਕੋਲ ਨਹੀਂ ਹੁੰਦੀ ਜੀ, ਬਹੁਤ ਟਫ ਲੈਂਗੁਏਜ। ਹਾਂਜੀ, ਔਰ ਜਿਹੜੀ ਇਹਨੇ ਵਿੱਚ ਸੈਨਤਾਂ ਮਾਰੀਆਂ ਗਈਆਂ ਨੇ ਅਤੇ ਬਹੁਤ ਛੋਟੇ ਲਿਖੇ ਹੋਏ ਨੇ। ਹਾਂਜੀ, ਉਹਦਾ ਜਿਹੜਾ ਨਾ ਉਹਦਾ ਰਹੱਸ ਆ ਜਿਹੜਾ, ਉਹਦੇ ਲਈ ਤੁਹਾਨੂੰ ਇੱਕ ਅੱਖ ਚਾਹੀਦੀ ਆ, ਐਕਡੈਮਿਕਸ ਕੋ ਹੁੰਦੀ ਆ ਉਹ। ਸੋ ਜੇ ਐਕਡੈਮਿਕਸ ਕੋ ਅੱਖ ਹੁੰਦੀ ਆ, ਔਰ ਇੱਥੇ ਫਿਰ ਤਾਂ ਸ਼ਰਾਰਤ ਹੋਈ ਹੋਈ ਆ ਇਹ। ਔਰ ਇਹਦੇ ਵਿੱਚ ਇੱਕ ਜਗ੍ਹਾ ਲਿਖਿਆ ਹੋਇਆ ਵੀ ਅਸੀਂ ਅਕਾਲੀ ਸਿੰਘ ਗੁਰਦੁਆਰੇ ਗਏ 1979 ਦੇ ਦੌਰਾਨ, ਸਾਡਾ ਦਲਿਤ ਭਾਈਚਾਰਾ, ਔਰ ਉੱਥੋਂ ਦੀ ਸੰਗਤ ਨੇ ਕਿੰਤੂ ਪਰੰਤੂ ਕੀਤਾ ਅਤੇ ਉਹਨਾਂ ਨੇ ਆਪਣਾ ਗੁਰਦੁਆਰਾ ਜਾਂ ਸਭਾ ਵੱਖ ਖੋਲ੍ਹ ਲਈ। ਹੁਣ ਹੋ ਸਕਦਾ ਗੱਲ ਹੋਈ ਹੋਵੇ, ਨਹੀਂ ਆਪਾਂ ਮੰਨਦੇ ਵੀ ਹਾਂ ਵੀ ਕਿਤਨਾ ਕਿਤੇ ਫੀਲਿੰਗ ਸੀ, ਤਾਂ ਹੀ ਗੁਰਦੁਆਰਾ ਸਾਹਿਬ ਖੁੱਲਿਆ, ਇਹ ਤਾਂ ਆਪਾਂ ਐਕਸੈਪਟ ਕਰਦੇ। ਬਿਲਕੁਲ, ਪਰ ਉਹ ਮਾੜੀ ਵੀ ਹੋਈ। ਹਾਂ, ਪਰ ਉਹ ਕਿਸੇ ਗੁਰਦੁਆਰੇ ਨੇ ਅਰਦਾਸ ਨਹੀਂ ਕੀਤੀ ਵੀ ਅਸੀਂ ਤੁਹਾਡੇ ਨਾਲ ਇਹ ਕਰਨਾ ਆ, ਉਹ ਸੰਗਤ ਦੀ ਸੰਗਤ ਨਾ ਸੀਗੀ, ਉਹਨੂੰ ਆਪਾਂ ਇੱਕ ਰਿਲੀਜੀਅਸ ਪਲੇਸ 'ਚ ਇੱਕ ਕਲਚਰਲ ਇਸ਼ੂ ਕਹਿ ਸਕਦੇ ਹਾਂ ਵੀ ਜਦੋਂ ਕੋਈ ਇੱਕ ਭਾਈਚਾਰਾ ਦੂਜੇ ਨੂੰ, ਚਲੋ ਉਹ ਹੈਗੀ ਆ ਵਿੱਚ, ਹੈ ਨਾ, ਉਹਦੇ ਤੋਂ ਆਪਾਂ ਮੁਨਕਰ ਨਹੀਂ ਹੈਗੇ, ਪਰ ਜਦੋਂ ਤੁਸੀਂ ਲਿਖਦੇ ਹੋ ਵੀ ਉਹਦੇ ਕਰਕੇ ਫਿਰ ਉਹਦਾ ਤੁਹਾਡਾ ਜਿਹੜਾ ਸੈਨਤ ਆ ਨਾ, ਜਿਹੜਾ ਇਸ਼ਾਰਾ ਆ ਉਹ ਇਹ ਆ ਵੀ ਜਿਹੜਾ ਸਿੱਖ ਧਰਮ ਆ ਉਹ ਦਲਿਤਾਂ ਨੂੰ ਪਸੰਦ ਨਹੀਂ ਕਰਦਾ, ਹੈ ਨਾ। ਜਦੋਂ ਤੁਸੀਂ ਇਹ ਲਿਖ ਦਿੰਦੇ ਹੋ ਵੀ ਗੁਰਦੁਆਰਾ ਸਾਹਿਬ 'ਚ ਇੱਕ ਨੋਟਿਸ ਬੋਰਡ ਲੱਗਾ, ਉੱਥੇ ਲਿਖਿਆ ਸੀ ਜੀ ਸਾਨੂੰ ਇਸ ਜਾਤ ਦੀ ਬੱਚਾ ਜਾਂ ਬੱਚੀ ਚਾਹੀਦੀ ਵਿਆਹ ਲਈ,
ਹੁਣ ਗੁਰਦੁਆਰੇ ਨੇ ਥੋੜ੍ਹੀ ਲਿਖਵਾਇਆ, ਪਰ ਜਦੋਂ ਬੋਰਡ 'ਤੇ ਲਿਖਿਆ ਹੁੰਦਾ, ਔਰ ਹੁਣ ਦੇਖੋ ਕਈ ਵਾਰੀ ਉੱਥੇ ਬੇਸਮੈਂਟ ਫੋਰ ਰੈਂਟ ਦੇ ਲਿਖ ਜਾਂਦੇ ਨੇ, ਹੁਣ ਗੁਰਦੁਆਰਾ ਉਹਨਾਂ ਨੂੰ ਥੋੜ੍ਹੀ ਕਹਿ ਸਕਦਾ ਵੀ ਤੁਸੀਂ ਕਿੰਨਾ ਕਿਰਾਇਆ ਲਵੋ, ਹਾਲਾਂਕਿ ਚਲੋ ਸ਼ਾਇਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਥੋੜ੍ਹੀ, ਨੋਟਿਸ ਬੋਰਡ ਚੈੱਕ ਕਰ ਲਿਆ ਖਿਆਲ ਰੱਖਣ, ਪਰ ਜੇ ਲਿਖ ਹੋ ਗਿਆ ਉਹਨੂੰ ਤੁਸੀਂ ਇੱਦਾਂ ਨਹੀਂ ਸਹਿਮਤ ਮਾਰ ਸਕਦੇ ਵੀ ਇਹ ਗੁਰਦੁਆਰੇ ਦਾ ਨੈਰੇਟਿਵ ਆ ਇਹ, ਉਹ ਤਾਂ ਕਿਸੇ ਮੇਰੇ ਵਰਗਾ ਬੰਦੇ ਨੇ ਜਾ ਕੇ ਬੇਸਮੈਂਟ ਫੋਰ ਰੈਂਟ ਲਿਖ ਦਿੱਤਾ ਜਾਂ ਮੈਨੂੰ ਬੱਚੇ ਬੱਚੇ ਲਈ ਕੋਈ ਸਾਕ ਚਾਹੀਦਾ ਉਹ ਲਿਖ ਦਿੱਤਾ, ਪਰ ਉਹਦੇ 'ਚ ਕੀਤਾ ਇੱਦਾਂ ਗਿਆ ਕਿ ਸਰਫੇਸ ਲੈਵਲ 'ਤੇ ਲੱਗੇ ਵੀ ਐਂਟੀ ਰੇਸਿਜ਼ਮ ਦੀ ਗੱਲ ਹੋ ਰਹੀ ਆ, ਪਰ ਐਂਟੀ ਰੇਸਿਜ਼ਮ ਦੀ ਨਹੀਂ ਗੱਲ ਹੈ ਉਹਦੇ ਵਿੱਚ ਕੁਛ ਹੋਰ। ਹਾਂ ਹਾਂ, ਇੱਕ ਭੈਣ ਜੀ ਹੋਣੀ, ਹੁਣ ਮੈਂ ਨਾਮ ਤਾਂ ਨਹੀਂ ਲਵਾਂਗਾ ਕਿਉਂਕਿ ਤੁਸੀਂ ਆਪ ਖੁਦ ਬੋਰਡ 'ਤੇ ਸਾਰੇ ਨਾਮ ਲਿਖੇ ਹੋਏ ਨੇ, ਉਹ ਜਦੋਂ ਆਪਣੀ ਥੀਸਿਸ ਸਬਮਿਟ ਕਰਦੇ ਨੇ ਅਰਵਨ ਯੂਨੀਵਰਸਿਟੀ ਨੂੰ ਜਾਂ ਯੇਲ ਤੋਂ ਪੜ੍ਹੇ ਹੋਏ ਨੇ, ਉਹ ਉੱਥੇ ਕਹਿੰਦੇ ਨੇ ਕਿ ਕੈਸਟ ਡਜ਼ਨਟ ਐਗਜ਼ਿਸਟ ਇਨ ਸਿੱਖੀ। ਅੱਛਾ, ਪਰ ਜਦੋਂ ਐਗਜ਼ੀਬਿਸ਼ਨ 'ਚ ਇੱਥੇ ਆਉਂਦੀ ਆ ਉਹ ਗੱਲ, ਉੱਥੇ ਲਿਖਿਆ ਹੁੰਦਾ ਵੀ ਕੈਸਟ ਡਜ਼ਨਟ ਐਗਜ਼ਿਸਟ ਇਨ ਕੈਨੇਡਾ, ਵੀ ਇਹ ਮਿੱਥ ਆ ਇਹ। ਸੋ ਦੇਖੋ ਇਹ ਜਿੱਦਾਂ ਨਾ ਆਪਣੇ ਕੋਈ ਮੂਵੀ ਬਣਦੀ ਹੁੰਦੀ ਆ, ਉਹਦਾ ਇੱਕ ਹਿੰਦੀ ਵਰਜ਼ਨ ਹੁੰਦਾ, ਇੱਕ ਇੰਗਲਿਸ਼ ਹੁੰਦਾ, ਇੱਦਾਂ ਉਹਨੂੰ ਟਵੀਕ ਕੀਤਾ ਹੋਇਆ। ਔਰ ਜਦੋਂ ਆਪਾਂ ਧਿਆਨ ਨਾਲ ਉਹਨੂੰ ਦੇਖਦੇ ਹਾਂ, ਆਪਾਂ ਨੂੰ ਪਤਾ ਲੱਗ ਸਕਦਾ ਵੀ ਇਹਨਾਂ 'ਚੋਂ ਕਿਹੜੇ ਇੰਟਲੈਕਚੁਅਲ ਨੇ ਕਿਹੜੀ ਗੱਲ ਲਿਖੀ ਹੋਈ ਆ। ਉਹ ਗੈਸ ਵਰਕ ਹੀ ਆਪਣਾ ਵੈਸੇ, ਕਿਉਂਕਿ ਆਪਾਂ ਉਹਨਾਂ ਦਾ ਪਿਛਲਾ ਕਾਰਜ ਦੇਖ ਲੈਂਦੇ ਹਾਂ, ਫਿਰ ਉਹ ਸ਼ਬਦਾਵਲੀ ਆਪਾਂ ਮੈਚ ਕਰਦੇ ਹਾਂ ਜਾਂ ਉਹਨਾਂ ਦੇ ਰੈਫਰੈਂਸ ਪੁਆਇੰਟ ਆ ਜਾਂ ਉਹਨਾਂ ਦੀ ਕੰਡੀਸ਼ਨਿੰਗ ਕਿੱਦਾਂ ਹੋਈ ਹੋਈ ਆ ਜੀ। ਸੋ ਇਸੇ ਤਰ੍ਹਾਂ ਸੋਹਣੀ ਮਹਿਵਾਲ ਵਾਲਾ ਇੱਕ ਉਹ ਪਲੈਕਟ ਪਿਆ, ਹਾਂਜੀ ਉੱਥੇ ਲਿਖਿਆ ਹੋਇਆ ਵੀ ਜਿਹੜੇ ਕੈਸਟ ਕ੍ਰੋਸਡ ਲਵਰਸ, ਹਾਂਜੀ ਹਾਂਜੀ, ਉਹ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਵੀ ਜਿਹੜੇ ਸਾਡੇ ਇਹ ਪ੍ਰੇਮੀ ਪ੍ਰੇਮਿਕਾਵਾਂ ਲਵਰ ਸੀਗੇ ਨਾ, ਚਾਹੇ ਹੀਰ ਰਾਂਝਾ ਸੀ, ਸੱਸੂ ਪੰਨੀ ਸੀਗੀ ਅਤੇ ਸ਼੍ਰੀ ਫਰਿਆਦ ਜਾਂ ਜਿੰਨੇ ਵੀ ਉੱਤੇ ਲਿਖੇ ਹੋਏ ਨੇ, ਇਹਨਾਂ ਨੇ ਤਾਂ ਰੋਮੀਓ ਜੂਲੀਅਟ ਨੂੰ ਸ਼ਰਮਿੰਦਾ ਕਰ ਦਿੱਤਾ ਵਾ, ਇਹਨਾਂ ਦੀ ਇੰਨੀ ਪਾਕ ਮੁਹੱਬਤ ਸੀਗੀ। ਇਹ ਸਾਰੇ ਜੱਟ ਸੀਗੇ ਜਾਂ ਨਹੀਂ ਸੀਗੇ, ਪਰ ਇਹ ਸਾਰੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਸੀਗੇ। ਸੋ ਜਦੋਂ ਤੁਸੀਂ ਕੈਸਟ ਕ੍ਰੋਸ ਲਵਰਸ ਕਹਿੰਦੇ ਹੋ, ਉੱਥੇ ਤੁਸੀਂ ਡੀਟੇਲ 'ਚ ਕੁਛ ਲਿਖਦੇ ਨਹੀਂ ਵੀ ਕਿਹਦੀ ਗੱਲ ਹੋ ਰਹੀ ਆ। ਇੱਦਾਂ ਹੀ ਜਦੋਂ ਤੁਸੀਂ ਇੱਕ ਥਾਂ 'ਤੇ ਲਿਖਦੇ ਹੋ ਵੀ ਅੱਜ ਵੀ ਇੰਡੀਆ ਦੇ ਵਿੱਚ ਇੱਕ ਖੂਹ 'ਤੇ ਦਲਿਤ ਨੂੰ ਪਾਣੀ ਪੀਣ ਦੀ ਵਜ੍ਹਾ ਕਰਕੇ ਉਹਨੂੰ ਮਾਰ ਦਿੱਤਾ ਗਿਆ, ਉੱਥੇ ਤੁਸੀਂ ਲਿਖਦੇ ਨਹੀਂ ਕਿਹਨੇ ਮਾਰਿਆ, ਮਤਲਬ ਦਲਿਤ ਤਾਂ ਤੁਸੀਂ ਲਿਖ ਦਿੱਤਾ। ਇੱਦਾਂ ਹੀ ਤੁਸੀਂ ਲਿਖਦੇ ਹੋ ਕਿ ਇੰਡੀਅਨ ਕਾਂਸਟੀਟਿਊਸ਼ਨ ਦੇ ਵਿੱਚ ਜਾਤ ਪਾਤ ਨੂੰ ਖਤਮ ਕੀਤਾ ਗਿਆ, ਪਰ ਇੱਦਾਂ ਸਿੱਖੀ 'ਚ ਵੀ ਕੀਤਾ ਗਿਆ, ਪਰ ਕੁਛ ਰਿਲੀਜੀਅਸ ਕਮਿਊਨਿਟੀਜ਼ ਪੰਜਾਬੀ ਡਾਇਸਪੋਰਾ ਦੇ ਵਿੱਚ ਹੈਗੀਆਂ ਨੇ ਜਿਹੜੀਆਂ ਇਹਨੂੰ ਮੰਨਦੀਆਂ ਨੇ। ਹੁਣ ਪੰਜਾਬੀ ਡਾਇਸਪੋਰਾ ਕੈਨੇਡਾ ਦੇ ਵਿੱਚ ਰਿਲੀਜੀਅਸ ਕਮਿਊਨਿਟੀਆਂ ਕਿਹੜੀਆਂ ਨੇ, ਉਹਨਾਂ 'ਚ ਸਿੱਖ ਵੀ ਆਉਂਦੇ ਨੇ। ਸੋ ਇਹ ਜਾਂ ਤਾਂ ਜਿੱਦਾਂ ਨਾ ਫਰਾਈਡੇ ਨਾਈਟ ਨੂੰ ਇਕੱਠੇ ਹੋ ਕੇ ਚਾਰ ਪੰਜ ਅਕੈਡੈਮਿਕ ਹੋ ਗਏ ਵੀ ਇੱਦਾਂ ਕਰ ਲਈਏ ਆਪਾਂ, ਜਾਂ ਤਾਂ ਇੱਦਾਂ ਐਗਜ਼ੀਬਿਸ਼ਨ ਬਣਾਈ ਲੱਗਦੀ ਆ ਇਹ, ਕਿਉਂਕਿ ਇਹਦੇ ਵਿੱਚ ਨਾ ਕਿਤੋਂ ਵੀ ਕਮਿਊਨਿਟੀਆਂ ਨੂੰ ਜੋੜਨ ਦੀ, ਉਹਨਾਂ ਨੂੰ ਅਪਲਿਫਟ ਕਰਨ ਦੀ ਗੱਲ ਹੈ ਨਹੀਂ ਗੀ। ਇਹ ਤਾਂ ਜਿੱਦਾਂ ਸਕੂਲਾਂ 'ਚ ਬੱਚੇ ਆਪਣੇ ਮਿਹਣੇ ਮਾਰਦੇ ਨੇ ਇੱਕ ਦੂਜੇ ਨੂੰ ਵੀ ਭਾਈ ਤੂੰ ਫਲਾਨੇ ਜਾਤ ਦਾ ਆ ਅਤੇ ਮੈਂ ਤੇਰੇ ਕੋਲੋਂ ਮਤਲਬ ਤੇਰੇ ਕੱਪੜੇ ਹੋਰ ਪਾਏ ਹੋਏ ਜਾਂ ਵਾਈਸ ਵਰਸਾ, ਹੈ ਨਾ। ਹੁਣ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਜੱਟਾਂ ਨੂੰ ਅਕਲ ਹੈ ਨਹੀਂ, ਬਿਜ਼ਨਸ ਨਹੀਂ ਕਰ ਸਕਦੇ, ਇੱਦਾਂ ਇੱਦਾਂ। ਸੋ ਹਰੇਕ ਕਮਿਊਨਿਟੀ ਦਾ, ਹਰੇਕ ਕਮਿਊਨਿਟੀ ਨੂੰ ਮਿਹਣੇ ਹੈਗੇ ਨੇ, ਜੱਟ ਬੂਟ ਹੈ, ਬੂਟ ਹੈ, ਹੈ ਨਾ, ਉਹ ਮਿਹਣੇ ਹੈਗੇ ਨੇ ਉਹ। ਪਰ ਹੁਣ ਜੇ ਮੈਂ ਇੱਕ ਐਗਜ਼ੀਬਿਸ਼ਨ ਬਣਾ ਦਵਾਂ ਵੀ ਦੇਖੋ ਜੀ, ਜੇ ਸਾਨੂੰ ਤਾਂ ਇਹਦਾ ਤਾਂ ਸਾਡਾ ਨਿਰਪੱਖਤਾ ਨਿਰਪੱਖ ਨਹੀਂ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਧੱਕਾ ਹੋ ਰਿਹਾ ਕਹਿ ਰਹੇ ਨੇ। ਹਾਂ ਹਾਂ, ਸੋ ਉਹਦੇ ਲਈ ਥੋੜ੍ਹੇ ਆਪਾਂ ਨੂੰ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ। ਜਾਂ ਬਿਲਕੁਲ, ਜਾਂ ਉੱਥੇ ਯੂਪੀ ਬਿਹਾਰ ਦੇ ਵਿੱਚ ਦਲਿਤਾਂ ਨਾਲ ਇਹ ਗੱਲ ਹੋ ਰਹੀ ਹੈ, ਨਹੀਂ ਚੜ੍ਹਨ ਦਿੰਦੇ ਸਾਈਕਲ 'ਤੇ, ਚੜ੍ਹ ਕੇ ਮੂਹਰੇ ਯਾਦਵਾਂ ਦੇ ਠਾਕਰਾਂ ਦੇ ਮੂਹਰ ਦੀ ਨਹੀਂ ਲੰਘ ਸਕਦੇ, ਫਿਰ ਉਹ ਨਾਲ ਉਹਦਾ ਕਿੱਸਾ ਪਾਓ ਵੀ ਕਿੱਥੇ ਹੋਇਆ। ਬਿਲਕੁਲ, ਕਿਉਂਕਿ ਜੇ ਤੁਸੀਂ ਚਮਕੀਲਾ ਪਾਉਣਾ
ਉਹ ਜਿਹੜੇ ਪ੍ਰੇਮੀ ਪ੍ਰੇਮਿਕਾਵਾਂ ਨੇ ਉਹ ਪਾਉਣੀਆਂ ਨੇ, ਫਿਰ ਜਿਹੜਾ ਦੂਜਾ ਪਹਿਲੂ ਸਾਰਾ ਹੀ ਪਾਵੋ ਉਹ ਬਈ ਮਨੁਵਾਦ ਦੀ ਵੀ ਗੱਲ ਕਰੋ ਵਿੱਚ, ਹਾਲਾਂਕਿ ਉਹ ਕਾਸਟ ਸਿਸਟਮ ਦਾ ਇੱਕ ਬਣਾਇਆ ਹੋਇਆ ਪਰ ਉਹ ਇੱਕ ਛੋਟਾ ਜਿਹਾ ਬਣਾ ਕੇ ਉੱਥੇ ਖਤਮ ਹੋ ਜਾਂਦਾ ਬਈ ਵਰਣ ਸਿਸਟਮ ਕੀ ਆ ਉਹਨੂੰ ਇਲੈਬੋਰੇਟ ਕਰਕੇ ਦੱਸੋ ਵੀ ਕਿੱਥੋਂ ਇਹ ਰੂਟ ਕੌਜ਼ ਕੀ ਆ, ਕਿੱਥੋਂ ਸ਼ੁਰੂ ਕਿੱਥੋਂ ਹੋਈ ਇਹ। ਇੱਕ ਭੈਣ ਜੀ ਉਹਨਾਂ ਨੇ ਪੀ ਐਨ ਡਬਲਿਊ ਬਣਾਇਆ ਹੋਇਆ ਪੈਸੀਫਿਕ ਨੌਰਥ ਵੈਸਟ, ਉਹ ਕਹਿੰਦੇ ਵੀ ਜਿਹੜੇ ਇੱਥੇ ਇਸ ਖਿੱਤੇ 'ਚ ਜਿਹੜੇ ਜੱਟ ਨੇ ਨਾ ਉਹ ਵਾਈਟ ਸਪਰਮਿਸ ਦੇ ਨਾਲ ਜਿਹੜੇ ਨਾਜ਼ੀ ਹੁੰਦੇ ਸੀ ਉਹਨਾਂ ਨਾਲ ਕੰਪੈਰੀਜ਼ਨ ਕੀਤਾ ਉਹਨਾਂ ਨੇ ਉਹਨਾਂ, ਉਹ ਕਹਿੰਦੇ ਜੀ ਉਹਨਾਂ ਦੀ ਤੁਸੀਂ ਥੀਸਿਸ ਡਾਊਨਲੋਡ ਕਰਕੇ ਦੇਖੋ ਕਿਤੇ। ਉੱਥੇ ਉਹਨਾਂ ਨੇ ਲਿਖਿਆ ਵੀ ਜਿਹੜੇ ਸਿੱਖ ਜੱਟ ਨੇ, ਇਕੱਲੇ ਜੱਟ ਨਹੀਂ ਜਿਹੜੇ ਸਿੱਖ ਜੱਟ ਨੇ, ਸੋ ਉਹਨਾਂ ਦੀ ਨਾ ਕਨੈਕਸ਼ਨ ਇੱਦਾਂ ਕੀਤਾ ਗਿਆ ਵੀ ਐਂਡ ਆਫ ਦਾ ਡੇ ਜਿਹੜੀ ਮਾਰ ਪੈਣੀ ਆ ਉਹ ਸਿੱਖ 'ਤੇ ਪਾਉਣੀ ਆ ਸੀ। ਔਰ ਦੁੱਖ ਦੀ ਇਹ ਗੱਲ ਆ ਵੀ ਇਹਨਾਂ 'ਚੋਂ ਕਈ ਬੱਚੇ ਜਾਂ ਕਈ ਵਾਹਿਗੁਰੂ ਬੱਚੇ ਨਹੀਂ ਕਈ ਸਿਆਣੇ ਉਹ ਐਕਡੈਮਿਕ ਨੇ ਉਹ ਆਪ ਵੀ ਸਿੱਖ ਨੇ, ਸੋ ਇਹਦਾ ਪਤਾ ਨਹੀਂ ਹੁਣ ਇਹ ਸਕ੍ਰਿਪਟ ਉਹਨਾਂ ਨੇ ਕਿਸੇ ਤੋਂ ਮੁੱਲ ਲਈ ਹੋਈ ਆ ਜਾਂ ਕਿਸੇ ਨੇ ਉਹਨਾਂ ਦੀ ਸੰਗੀ 'ਚ ਪਾਈ ਹੋਈ ਆ, ਕੁਛ ਸਮਝ ਨਹੀਂ ਆ ਰਿਹਾ ਇਹ। ਕਈ ਤਾਂ ਕਈ ਔਰਗਨਾਈਜ਼ਰ ਤਾਂ ਉਹ ਧਰਮ ਦੇ ਨਾਂ 'ਤੇ ਉਹਨਾਂ ਦੇ ਖਿਲਾਫ ਦੂਜਿਆਂ ਦੇਸ਼ਾਂ 'ਚੋਂ ਗੱਲਾਂ ਹੁੰਦੀਆਂ ਵੀ ਇਹ ਕੱਟੜਵਾਦ ਕਰਦਾ ਹੈ ਆਹ ਕਰਦਾ ਹੈ, ਉਹ ਆਹ ਚੀਜ਼ ਤਾਂ ਫਿਰ ਉਹਦੇ ਤੋਂ ਬਹੁਤ ਦੂਰ ਆ ਫਿਰ ਜਿਹੜੀ ਚੀਜ਼ ਕਾਹਦਾ ਕੱਟੜਵਾਦ ਆ। ਹਾਂ ਪਰ ਇੱਕ ਜਿਹੜਾ ਆਪਣਾ ਜੀ ਕੋਈ ਵੀ ਭਾਰਤ 'ਚ ਆ ਰਿਹਾ ਨਾ ਬੇਸ਼ੱਕ ਦਲਿਤ ਹੈ ਬੇਸ਼ੱਕ ਜੱਟ ਹੈ ਕੋਈ ਵੀ ਸ਼ਬਦ ਵੀ ਮਾੜਾ ਪਨਾਲ ਸਾਹਿਬ, ਇਹ ਦਲਿਤ ਸ਼ਬਦ ਆਪਾਂ ਵਰਤਣਾ ਹੀ ਨਹੀਂ ਚਾਹੁੰਦੇ ਆਪਾਂ ਵਰਤ, ਕਿਉਂਕਿ ਜੇ ਆਪਾਂ ਨੂੰ ਹੁਣ ਦੇਖੋ ਹੁਣ ਨਾ ਹੁੰਦਾ ਕੀ ਹੈ ਜੇ ਸਿੱਖ ਨੂੰ ਪੁੱਛਿਆ ਜਾਂਦਾ ਬਈ ਤੁਸੀਂ ਜਾਤ ਪਾਤ ਯਕੀਨ ਕਰਦੇ ਹੋ, ਉਹ ਕਹਿੰਦੇ ਨਹੀਂ ਨਹੀਂ ਕਰਦੇ, ਫਿਰ ਉਹ ਕਹਿੰਦੇ ਵੀ ਜੇ ਤੁਸੀਂ ਜੱਟਵਾਦ ਦੇ ਖਿਲਾਫ਼ ਹੋ, ਉਹਨਾਂ ਕੋਲ ਕੋਈ ਆਪਸ਼ਨ ਨਹੀਂ, ਉਹਨਾਂ ਨੂੰ ਕਹਿਣਾ ਪੈਂਦਾ ਹਾਂਜੀ ਅਸੀਂ ਖਿਲਾਫ਼ ਹਾਂ। ਪਰ ਹੁਣ ਮੈਂ ਨਾ ਥੋੜ੍ਹੇ ਜਿਹਾ ਜੱਟਵਾਦ 'ਤੇ ਵੈਸੇ ਵਿਚਾਰ ਕੀਤਾ ਇਸ ਸ਼ਬਦ 'ਤੇ ਕਿਸੇ ਵੀ ਵਾਦ 'ਤੇ, ਹੁਣ ਸਮਾਜਵਾਦ ਹੈ ਰੋਮਾਂਸਵਾਦ ਹੈ, ਹੁਣ ਉਹ ਸ਼ਬਦ ਮਾੜੇ ਨਹੀਂ ਹੈਗੇ, ਸੋ ਜਿਹੜਾ ਵਾਦ ਆ ਉਹ ਨਹੀਂ ਮਾੜਾ ਹੈਗਾ, ਉਹਦੇ ਮੋਹਰੇ ਜਿਹੜਾ ਸ਼ਬਦ ਲੱਗਦਾ ਉਹ ਮਾੜਾ ਆ, ਜਦੋਂ ਮੰਨੂ ਲੱਗਦਾ ਵਾਦ ਦੇ ਮੋਹਰੇ ਫਿਰ ਮੰਨੂਵਾਦ ਮਾੜਾ ਹੋ ਜਾਂਦਾ, ਹੁਣ ਜਦੋਂ ਸਮਾਜ ਲੱਗਦਾ ਉਹਦੇ ਮੋਹਰੇ ਸਮਾਜਵਾਦ ਮਾੜਾ ਥੋੜ੍ਹੀ ਹੋ ਗਿਆ, ਅਸੀਂ ਕਹੇ ਜਿਹੜਾ ਸਮਾਜ ਸਮਾਜਵਾਦ ਦੀ ਗੱਲ ਕਰਦਾ ਸੀ ਉਹਦੇ ਵਿਰੁੱਧ ਆ। ਜਦੋਂ ਆਪਾਂ ਕਿਸੇ ਵੀ ਜਿੱਦਾਂ ਹੁਣ ਆਪਾਂ ਦੋਨੋਂ ਜਾਣੇ ਬੈਠੇ ਹਾਂ, ਜੇ ਆਪਾਂ ਇੱਕ ਦੂਜੇ ਨੂੰ ਕਿਸੇ ਵਜ੍ਹਾ ਕਰਕੇ ਆਪਣੇ 'ਚ ਐਨਰਜੀ ਇਹ ਆ ਰਹੀ ਹੈ ਵੀ ਇੱਕ ਬੰਦਾ ਛੋਟਾ ਫੀਲ ਕਰ ਰਿਹਾ, ਇਹਦਾ ਮਤਲਬ ਦੂਜਾ ਬੰਦਾ ਸਹੀ ਨਹੀਂ ਹੈਗਾ। ਈਵਨ ਆਪਣੀ ਪ੍ਰੈਜੈਂਸ 'ਚ ਕਿਸੇ ਬੰਦੇ ਨੂੰ ਜੇ ਆਪਾਂ ਮਹਿਸੂਸ ਕਰਾ ਦਈਏ ਉਹ ਉਹਦੇ 'ਚ ਆਪਣਾ ਘਟਾ ਹੋਇਆ ਜੀ, ਸੋ ਆਪਾਂ ਤਾਂ ਜਿੱਥੇ ਵੀ ਆਵਾਜ਼ ਹੋਵੇ ਜਿੱਥੇ ਧੱਕਾ ਹੋ ਰਿਹਾ ਐਜ਼ ਏ ਸਿੱਖ ਆਪਾਂ ਨੂੰ ਉੱਥੇ ਖੜਨਾ ਚਾਹੀਦਾ। ਬਿਲਕੁਲ ਠੀਕ ਆ। ਪਰ ਜੇ ਹੁਣ ਫੈਡਰਲੀ ਫੰਡਡ ਹੋ ਕੇ ਐਗਜ਼ੀਬਿਸ਼ਨ ਲਾ ਕੇ ਜੇ ਸਿੱਖ ਦੇ ਪੰਜਾਬੀ ਅਤੇ ਈਵਨ ਜੇ ਜੱਟ ਦੇ ਵੀ ਜੁੱਤੀਆਂ ਮਾਰਨੀਆਂ ਨੇ ਫਿਰ ਤਾਂ ਐਜ਼ ਏ ਟੈਕਸ ਪੇਅਰ ਆਪਾਂ ਸਵਾਲ ਕਰਨਾ ਜਾਇਜ਼ ਹੈ ਜੀ। ਬਿਲਕੁਲ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅਸੀਂ ਐਕਡੈਮਿਕ ਤਾਂ ਹੈ ਨਹੀਂ ਗੇ, ਅਸੀਂ ਸਟ੍ਰਿਕਟਲੀ ਐਜ਼ ਏ ਟੈਕਸ ਪੇਅਰ ਪੁੱਛ ਰਹੇ ਹਾਂ ਫੰਡਿੰਗ ਇਹਦੇ 'ਤੇ ਕਿੰਨੇ ਦੀ ਹੋਈ ਆ, ਕਿਹਨਾਂ ਨੇ ਕੀਤੀ ਆ, ਔਰ ਇਹਦੇ ਪਿੱਛੇ ਰੀਜ਼ਨ ਕੀ ਆ ਵੀ ਇਹਦੇ ਵਿੱਚ ਤਕਰੀਬਨ 30 ਤੋਂ ਲੈ ਕੇ 40 ਗਲਤੀਆਂ ਨੇ। ਔਰ ਇੱਕ ਪਲੈਕਾਰਡ ਤੁਸੀਂ ਉੱਧਰ ਦੇਖੋਗੇ ਵੀ ਜਿਹੜਾ ਰੈੱਡ ਹੈ ਜਿਹੜਾ, ਹਾਂਜੀ ਰੈੱਡ ਹੈ ਜੀ ਜਿਹੜਾ, ਉਹਦੇ ਵਿੱਚ ਐਗਜ਼ੀਬਿਸ਼ਨ, ਹਾਂਜੀ ਉਹਦੇ ਵਿੱਚ ਪ੍ਰਵੈਂਸ਼ਨ ਆਫ ਐਟਰੋਸਿਟੀਜ਼ ਐਕਟ ਬਣਿਆ ਹੋਇਆ 1989 ਦਾ ਹਿੰਦੁਸਤਾਨ ਦੇ ਵਿੱਚ। ਜੇ ਤੁਸੀਂ ਚਮਾਰ ਲਫ਼ਜ਼ ਯੂਜ਼ ਕਰਦੇ ਹੋ ਤੁਹਾਨੂੰ ਜੇਲ੍ਹ ਹੋ ਸਕਦੀ ਆ ਔਰ ਹੁੰਦੀ ਆ, ਜੁਰਮਾਨੇ ਲੱਗਦੇ। ਆਪਣੇ ਕੈਨੇਡਾ 'ਚ ਵੀ ਜੁਰਮਾਨਾ ਲੱਗਾ ਇੱਕੋ ਦਫ਼ਾ। ਠੀਕ। ਇਸ ਐਗਜ਼ੀਬਿਸ਼ਨ 'ਚ ਤੁਸੀਂ ਕਿਸੇ ਕਾਰਨ ਕਰਕੇ ਮੇਰੇ ਖਿਆਲ 10-12 ਵਾਰੀ ਉਹ ਸ਼ਬਦ ਲਿਖਿਆ ਹੋਇਆ ਸਾਹਮਣੇ ਆ ਜੀ, ਹਾਂਜੀ ਚਮਕੀਲੇ ਵਾਲੇ ਨਾਲ ਸਲੈਟ ਤੇ। ਤੁਸੀਂ ਕਿਉਂ ਲਿਖਿਆ ਹੋਇਆ, ਤੁਸੀਂ ਮਤਲਬ ਕੀ ਕਰਨਾ ਕੀ ਚਾਹੁੰਦੇ ਹੋ? ਇਹਦੇ ਤੋਂ ਇੱਕ ਇਹ ਵੀ ਲੱਗਦਾ ਜੀ ਵੀ ਦਲਿਤ ਦਾ ਲਫ਼ਜ਼ ਵਰਤ ਕੇ ਦਲਿਤ ਦੇ ਮੋਢੇ 'ਤੇ ਰੱਖ ਕੇ ਚਲਾਈ ਗਈ ਇਹ,
ਔਰ ਮੇਰੀ ਬੇਨਤੀ ਹੈ ਚੱਲੀ ਕਿੱਧਰ ਨੂੰ ਹੈ ਜੀ ਇਹ ਚੱਲੀ ਸਿੱਖਾਂ ਨੂੰ ਚੱਲੀ ਹੈ ਜੀ ਪਹਿਲਾਂ ਕਿਉਂਕਿ ਜਦੋਂ ਸਿੱਖ ਨੂੰ ਸਵਾਲ ਹੁੰਦਾ ਬਈ ਤੁਸੀਂ ਜਾਤ ਯਕੀਨ ਕਰਦੇ ਹੋ ਸਿੱਖ ਕਹਿੰਦਾ ਨਹੀਂ ਉਹ ਕਹਿੰਦਾ ਓਕੇ ਜੀ ਫਿਰ ਤੁਸੀਂ ਪਰੇ ਹੋ ਜਾਓ ਹੁਣ ਅਸੀਂ ਜੱਟ 'ਤੇ ਚਲਾਉਣੀ ਆ ਫਿਰ ਜਦੋਂ ਜੱਟ 'ਤੇ ਚਲਾਉਂਦੇ ਆ ਉਹਨੂੰ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਫੂਲਨ ਦੇਵੀ ਦਾ ਕੰਪੈਰੀਜ਼ਨ ਆ ਐਂਡ ਆਫ ਦਾ ਡੇ ਜਿਹੜੀ ਉਹ ਥੀਸਿਸ ਦਾ ਮੈਂ ਜ਼ਿਕਰ ਕੀਤਾ ਸੀਗਾ ਉਹ ਸਿੱਖਾਂ ਦੇ ਖਿਲਾਫ ਆ ਉਹ ਔਰ ਮੇਰੀ ਬੇਨਤੀ ਹੈ ਕਿ ਆਪਾਂ ਕਿੰਨੇ ਖੂਬਸੂਰਤ ਮੁਲਕ 'ਚ ਰਹਿ ਰਹੇ ਹਾਂ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਵੀ ਜਾਤ ਦੇ ਮਜ਼ਹਬ ਦੇ ਖਿਲਾਫ ਕੋਈ ਗੱਲ ਐਸੀ ਨਾ ਕਰੀਏ ਜਿਹਦੇ ਨਾਲ ਤਰੇੜਾਂ ਪੈਣ ਆਪਾਂ ਹੁਣ ਚਾਰ ਪੰਜ ਜਨਰੇਸ਼ਨਾਂ ਤੋਂ ਇੱਥੇ ਰਹਿ ਰਹੇ ਹਾਂ ਦਲਿਤਾਂ ਦੇ ਜੱਟਾਂ ਨਾਲ ਸਿੱਖਾਂ ਨਾਲ ਹਿੰਦੂਆਂ ਦੇ ਮੁਸਲਮਾਨਾਂ ਮੁਸਲਮਾਨਾਂ ਦੇ ਕ੍ਰਿਸਚਨਾਂ ਨਾਲ ਰਿਸ਼ਤੇ ਹੋਏ ਹੋਏ ਨੇ ਬਿਲਕੁਲ ਜੀ ਵਿਆਹ ਹੋਏ ਹੋਏ ਨੇ ਔਰ ਅਸੀਂ ਉਹਨਾਂ ਨੂੰ ਸਵੀਕਾਰ ਕਰਦੇ ਹਾਂ ਸਾਰੇ ਕਰਦੇ ਨੇ ਪਰ ਜੇ ਕੋਈ ਨਹੀਂ ਕਰਦਾ ਉਹਦੇ 'ਤੇ ਆਪਾਂ ਹੁਣ ਜ਼ੋਰ ਥੋੜ੍ਹੀ ਪਾ ਸਕਦੇ ਹਾਂ ਸੋ ਉਹ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਉਹਨਾਂ 'ਚ ਤਰੇੜਾਂ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਾਂ ਤਾਂ ਇਹ ਦੇਖਣਾ ਵੀ ਜੇ ਪਹਿਲਾਂ ਤਾਂ ਜਿਹੜਾ ਸਪੈਕਟਰਮ ਹੈ ਨਾ ਇਹਦੇ 'ਚ ਸਟਰੈਂਥ ਕੀ ਆ ਹਰੇਕ ਦੀ ਸਟਰੈਂਥ ਪਛਾਣ ਕੇ ਆਪਾਂ ਅੱਗੇ ਪਰ ਜੇ ਕੋਈ ਨੀਵਾਂ ਆ ਆਪਾਂ ਉਹਨੂੰ ਉੱਚੇ ਚੱਕਣਾ ਆ ਨੀਵੇਂ ਦੇ ਮੋਢੇ 'ਤੇ ਖੜ ਕੇ ਥੋੜ੍ਹੀ ਚਲਾਉਣੀ ਆ ਆਪਾਂ ਅੱਛਾ ਇੱਕ ਹੋਰ ਦੱਸੋ ਇਹ ਜਦ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਤੁਸੀਂ ਇਹ ਕੰਮ ਦੇ ਵਿੱਚੋਂ ਬਹੁਤ ਥੋੜ੍ਹਾ ਸ਼ੌਕ ਹੈ ਇਹ ਚੀਜ਼ਾਂ ਇਕੱਠੀਆਂ ਕਰਨੀਆਂ ਸੰਗ੍ਰਹਿ ਕਰਨੀਆਂ ਬੋਲਣਾ ਇਹਦੇ ਬਾਰੇ ਗੱਲਬਾਤ ਕਰਨੀ ਆਪਣੇ ਸੱਭਿਆਚਾਰ ਦਾ ਧਰਮ ਦਾ ਪਿਆਰ ਕਰਨਾ ਦੂਜੇ ਦਾ ਸਤਿਕਾਰ ਕਰਨਾ ਇਹਦੀ ਸ਼ੁਰੂ 'ਚ ਪ੍ਰੀਲਿਮਿਨਰੀ ਕੋਈ ਗੱਲਬਾਤ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਵੀ ਭਾਈ ਆਹ ਅਸੀਂ ਕਰਨ ਲੱਗੇ ਹਾਂ ਪੈਸਾ ਤੁਸੀਂ ਤੁਹਾਡਾ ਖਰਚਣ ਲੱਗਿਆ ਕੋਈ ਨਹੀਂ ਪੁੱਛਦਾ ਨਹੀਂ ਮੇਰੇ ਜਾਂ ਫਿਰ ਜਿਹਦੀ ਉੱਥੇ ਬਣ ਗਈ ਅਤੇ ਉਹਦੀ ਬਣ ਗਈ ਇਹੀ ਗੱਲ ਹਾਂਜੀ ਇਹ ਤਾਂ ਹੁੰਦਾ ਹੈ ਕਿ ਜਦੋਂ ਇਹਨੂੰ ਨੈਟਵਰਕਿੰਗ ਕਹਿ ਲਓ ਚਲੋ ਅਸੀਂ ਕਦੀ ਗ੍ਰਾਂਟ ਲਈ ਨਹੀਂ ਹੈਗੀ ਨਾ ਹੀ ਕਿਸੇ ਕੋਲ ਡੋਨੇਸ਼ਨ ਲਿਆ ਬਿਲਕੁਲ ਠੀਕ ਸੋ ਸਾਨੂੰ ਇਹ ਵੈਸੇ ਵੀ ਪ੍ਰੋਸੈਸ ਪੂਰਾ ਨਹੀਂ ਪਤਾ ਹੈਗਾ ਪਰ ਥੋੜ੍ਹਾ ਥੋੜ੍ਹਾ ਸਾਨੂੰ ਇਹ ਪਤਾ ਆ ਕਿ ਜਦੋਂ ਗ੍ਰਾਂਟਸ ਨਿਕਲਦੀਆਂ ਨੇ ਫਿਰ ਉੱਥੇ ਇੱਕ ਪੱਕੇ ਗ੍ਰਾਂਟ ਮਾਫੀਏ ਬਣੇ ਹੋਏ ਨੇ ਜਿਹੜੇ ਉਹਨੂੰ ਟੈਪ ਕਰਦੇ ਨੇ ਉਹਦੇ ਲਈ ਬਹੁਤ ਵਧੀਆ ਸ਼ਬਦਾਵਲੀ 'ਚ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਫਿਰ ਉਹ ਅੱਗੇ ਪ੍ਰਸਤੁਤ ਕੀਤੀਆਂ ਜਾਂਦੀਆਂ ਲੈਸੇ ਅਤੇ ਉੱਥੋਂ ਫਿਰ ਆਮ ਜਿੱਦਾਂ ਸਾਡੇ ਵਰਗੇ ਲੋਕ ਆ ਜਾਂ ਆਮ ਜਿਹੜਾ ਭਾਈਚਾਰਾ ਉਹਨੂੰ ਉਦੋਂ ਪਤਾ ਲੱਗਦਾ ਜਦੋਂ ਇਹ ਕੰਧਾਂ 'ਤੇ ਲਿਖ ਹੋ ਜਾਂਦੀਆਂ ਨੇ ਬਿਲਕੁਲ ਉਸ ਸਮੇਂ ਲੇਟ ਹੋ ਜਾਂਦਾ ਫਿਰ ਲੇਟ ਹੋ ਜਾਂਦਾ ਜੀ ਔਰ ਇਹਦਾ ਤੁਸੀਂ ਦੇਖੋ ਵੀ ਮੈਂ ਨਾ ਪਤਾ ਨਹੀਂ ਕਿੰਨੇ ਵੇਖ ਕੇ ਆਏ ਹੋਣਗੇ ਕਿਸੇ ਨੇ ਨੋਟਿਸ ਨਹੀਂ ਕੀਤਾ ਹੁਣ ਜਾਂ ਕਰਦੇ ਨੇ ਪਰ ਸੋਸ਼ਲ ਮੀਡੀਆ 'ਤੇ ਚਰਚਾ ਹੈ ਜਾਂ ਤੁਸੀਂ ਲਿਖਦੇ ਹੋ ਚਰਚਾ ਜੀ ਉੱਥੇ ਬਰਨਬੀ ਵਿਲੇਜ ਮਿਊਜ਼ੀਅਮ ਦੇ ਤੁਸੀਂ ਫੇਸਬੁੱਕ 'ਤੇ ਜੇ ਜਾਓ ਉੱਥੇ ਦੋ ਪੋਸਟ ਨੇ ਓਵਰਕਾਸਟ ਦੀਆਂ ਜਿਹੜੀ ਦੂਜੀ ਪੋਸਟ ਹੈ ਜਿਹੜੀ ਪੁਰਾਣੀ ਆ ਉਹਦੇ ਤਕਰੀਬਨ ਮੇਰੇ ਖਿਆਲ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ 50 ਤੋਂ ਲੈ ਕੇ 52 ਤੱਕ ਕਮੈਂਟ ਨੇ ਔਰ ਉਹ ਸਵਾਲ ਪੁੱਛੇ ਗਏ ਨੇ ਵੈਸੇ ਬਈ ਭਾਈ ਇਹਦਾ ਦੱਸੋ ਫੰਡਿੰਗ ਕਿਹਨੇ ਕੀਤੀ ਆ ਕਿੱਦਾਂ ਕਰਵਾਈ ਆ ਔਰ ਬਰਨਬੀ 'ਚ ਕਿਉਂ ਹੋਈ ਆ ਇਹ ਮਤਲਬ ਉਹਦਾ ਕੀ ਕਾਰਨ ਆ ਔਰ ਇਹਦੇ 'ਚ ਜਿਹੜੀ ਇੱਕ ਬਹੁਤ ਖਤਰਨਾਕ ਗੱਲ ਇਹ ਹੈ ਜੀ ਔਰ ਇਹਦੇ ਬਾਰੇ ਆਪਾਂ ਸਵਾਰਨ ਸਟੇਟਮੈਂਟ ਲਿਖ ਸਕਦੇ ਹਾਂ ਜੀ ਇਹਨਾਂ 'ਚੋਂ ਇੱਕ ਮੈਂਬਰ ਜਿਹੜਾ ਇਹਦੇ ਵਿੱਚ ਆ ਉਹਦੇ ਨਾਲ ਮੇਰੀ ਗੱਲ ਹੋਈ ਮੈਂ ਉਹਨੂੰ ਪੁੱਛਿਆ ਵੀ ਭਾਈ ਸਾਹਿਬ ਬਈ ਇਹਦਾ ਮੈਨੂੰ ਦੱਸੋ ਕੀ ਕਾਰਨ ਕੀ ਆ ਉਹ ਪਹਿਲਾਂ ਥੋੜ੍ਹੀ ਸਾਡੀ ਗੱਲਬਾਤ ਸਰਸਰੀ ਚੱਲੀ ਅਤੇ ਬਾਅਦ 'ਚੋਂ ਉਹ ਕਹਿੰਦੇ ਜੀ ਇਹਨਾਂ ਨੇ ਕੀ ਕਰਨਾ ਕਿ ਮਈ 1 ਨੂੰ ਇਹ ਗੁਰਦੁਆਰਾ ਸਾਹਿਬ 'ਚ ਲੈ ਕੇ ਜਾਣੀ ਆ ਉੱਥੇ ਜਾ ਕੇ ਇਹਨਾਂ ਨੇ ਜਦੋਂ ਕਹਿਣਾ ਵੀ ਅਸੀਂ ਇਹ ਐਗਜ਼ੀਬਿਸ਼ਨ ਲਾਉਣੀ ਚਾਹੁੰਦੇ ਹਾਂ ਜਦੋਂ ਗੁਰਦੁਆਰਾ ਸਾਹਿਬ ਨੇ ਪੜ੍ਹਨੀ ਆ ਉਹਨਾਂ ਨੇ ਕਹਿਣਾ ਵੀ ਨਹੀਂ ਇੱਥੇ ਸਾਡੇ ਗੁਰੂਆਂ ਦੇ ਅਦਬ ਦੀ ਗੱਲ ਨਹੀਂ ਹੋਈ ਜਾਂ ਸਿੱਖੀ ਦੇ ਅਦਬ ਨਹੀਂ ਹੋਈ ਅਤੇ ਫਿਰ ਉਹਨਾਂ ਨੇ ਜਦੋਂ ਸਵਾਲ ਕਰਨੇ ਨੇ ਅਤੇ ਇਹਨਾਂ ਨੇ ਫਿਰ ਡਿਸਕ੍ਰਿਮੀਨੇਸ਼ਨ ਦਾ ਰੌਲਾ ਪਾਉਣਾ ਮੈਂ ਦੇਖੋ ਜੀ ਇਹਦਾ ਹੀ ਰੌਲਾ ਪਾਉਣਾ ਇਹਦਾ ਹੀ ਰੌਲਾ ਦੇਖ ਲਓ ਈਵਨ ਜਿਹੜੇ ਗੁਰਦੁਆਰੇ ਵਾਲੇ ਆ ਉਹ ਵੀ ਇਸ ਰੇਸਿਜ਼ਮ ਦੇ ਜਿੱਦਾਂ ਸਾਡੇ ਨਾਲ ਖੜ੍ਹੇ ਨਹੀਂ ਹੈਗੇ ਔਰ ਇਹ
ਜਿਹੜੇ ਉਹ ਭਾਈ ਸਾਹਿਬ ਜੇ ਹੁਣ ਸੁਣ ਰਹੇ ਨੇ ਉਹਨਾਂ ਦਾ ਨਾਂ ਤਾਂ ਨਹੀਂ ਲੈਣਾ, ਪਰ ਮੈਂ ਉਹ ਚਾਹੂੰਗਾ ਵੀ ਉਹ ਘੱਟੋ ਘੱਟ ਆਪਣਾ ਨਾਮ ਕੱਢ ਲੈਣ ਵਿੱਚੋਂ, ਜੇ ਉਹਨਾਂ ਨੂੰ ਇਸ ਗੱਲ ਦਾ ਪਹਿਲੀ ਇਲਮ ਹੈਗਾ ਹਨਾ ਵੀ ਇਹ ਹੋਣਾ, ਇਹ ਹੋਣਾ ਆ ਹਨਾ, ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਆਪ, ਔਰ ਇਹ ਟਰੈਵਲਿੰਗ ਐਗਜੀਬਿਸ਼ਨ ਬਣਨੀ ਆ, ਫਿਰ ਹੋਰ ਹਿੱਸੇ 'ਚ ਵੀ ਜਾਣੀ ਆ। ਹਾਂਜੀ, ਹੋਰ ਹਿੱਸੇ ਜਾਣੀ ਆ, ਜਿੱਦਾਂ ਹੁਣ ਆਪਾਂ ਬੈਠੇ ਗੱਲ ਕਰ ਰਹੇ ਹਾਂ ਹੋ ਸਕਦਾ ਕਿਸੇ ਹੋਰ ਖਿੱਤੇ 'ਚ ਵੀ ਇੱਦਾਂ ਗੱਲ ਹੋਵੇ। ਸੋ ਐਂਡ ਆਫ ਦਾ ਡੇ ਇਹ ਸਾਰਾ ਕੁਛ ਕਰਕੇ ਗਵਰਨਮੈਂਟ ਤਾਂ ਸੁਹਿਰਦ ਆ, ਉਹ ਤਾਂ ਪੈਸੇ ਦੇ ਰਹੀ ਆ, ਪਰ ਜਿਹੜੇ ਟੈਪ ਕਰਨ ਵਾਲੇ ਆ ਉਹਨਾਂ 'ਤੇ ਕੋਈ ਨਾ ਕੋਈ ਗਵਰਨਿੰਗ ਬਾਡੀ ਉੱਪਰ ਹੋਣੀ ਚਾਹੀਦੀ ਆ, ਜਿਹੜੀ ਦੇਖੇ ਵੀ ਭਾਈ ਕੀ ਲਿਖਿਆ ਹੋਇਆ। ਕਿਉਂਕਿ ਹੁਣ ਕਈ ਵਾਰੀ ਇਹ ਹੋ ਜਾਂਦਾ ਕਿ ਆਪਾਂ ਨੂੰ ਕਿਸੇ ਹੋਰ ਧਰਮ ਬਾਰੇ ਜਾਂ ਕਿਸੇ ਹੋਰ ਜਾਤ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਜੇ ਆਪਣੇ ਕੋਲ ਕੇਸ ਲੈ ਕੇ ਆਉਣ ਆਪਾਂ ਉਹਨਾਂ ਨੂੰ ਫੇਸ ਵੈਲਿਊ 'ਤੇ ਐਕਸੈਪਟ ਕਰ ਲੈਂਦੇ, ਆਪਾਂ ਕਹਿੰਦੇ ਵੀ ਇਹ ਪੀੜਿਤ ਦੀ ਗੱਲ ਕਰਦੇ ਸਹੀ ਹੋਣੀ ਆ, ਪਰ ਉੱਥੇ ਕਈ ਵਾਰੀ ਸ਼ੈਤਾਨੀ, ਜਿੱਦਾਂ ਇਸ ਕੇਸ 'ਚ ਬਹੁਤ ਸ਼ੈਤਾਨੀ ਹੋਈ ਹੋਈ ਆ। ਸੋ ਇਹਦੇ ਵਿੱਚ ਭਗਤ ਰਵਿਦਾਸ ਉਹਨਾਂ ਦਾ ਡੇਟ ਆਫ ਬਰਥ ਗਲਤ ਹੈ, 1267 ਮੇਰੇ ਖਿਆਲ ਸ਼ਾਇਦ 1300 ਕੁਛ ਹੋਰ ਹੈ ਉਹ, ਸੋ ਘੱਟੋ ਘੱਟ 100 ਸਾਲ ਦਾ ਡਿਫਰੈਂਸ ਹੈ। ਫਿਰ ਜਿਹੜੀ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਲਿਖਿਆ ਹੋਇਆ, ਹੁਣ ਇਹ ਸ੍ਰੀ ਗੁਰੂ ਰਵਿਦਾਸ ਸਭਾ ਤਾਂ ਕਰਵਾ ਨਹੀਂ ਰਹੀ ਐਗਜੀਬਿਸ਼ਨ, ਜਦੋਂ ਭਗਤ ਰਵਿਦਾਸ ਰਵਿਦਾਸ ਡੋਮੇਨ 'ਚ ਜਾਂਦੇ ਨੇ ਉਹ ਗੁਰੂ ਬਣਦੇ ਨੇ ਉੱਥੇ ਜਾ ਕੇ, ਠੀਕ, ਪਰ ਜਦੋਂ ਉਹ ਸਿੱਖ ਡੋਮੇਨ 'ਚ ਆਉਂਦੇ ਆ ਸਾਡੇ ਗੁਰੂਆਂ ਦਾ ਹੁਕਮ ਹੈ ਭਗਤ ਲਿਖਦੇ ਨੇ, ਸਿੱਖ ਰਵਿਦਾਸੀਆਂ 'ਤੇ ਧੱਕਾ ਨਹੀਂ ਕਰ ਸਕਦਾ ਵੀ ਤੁਸੀਂ ਉਹਨੂੰ ਗੁਰੂ ਕਿਉਂ ਸਕਦੇ, ਨਹੀਂ ਕਹਿੰਦੇ ਬਿਲਕੁਲ, ਇਸੇ ਤਰ੍ਹਾਂ ਰਵਿਦਾਸੀ ਸਿੱਖਾਂ 'ਤੇ ਧੱਕਾ ਨਹੀਂ ਕਰ ਸਕਦੇ ਵੀ ਤੁਸੀਂ ਇਹਨਾਂ ਨੂੰ ਗੁਰੂ ਕਹੋ, ਬਿਲਕੁਲ ਠੀਕ, ਪਰ ਜਦੋਂ ਆ ਇਹਦੇ ਵਿੱਚ ਜਦੋਂ ਲਿਖਿਆ ਜਾਂਦਾ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ, ਫਿਰ ਤੁਸੀਂ ਔਰ ਇੱਕ ਦੋ ਜਗ੍ਹਾ 'ਤੇ ਹੋਰ ਵੀ ਗੁਰੂ ਰਵਿਦਾਸ ਲਿਖਿਆ ਹੋਇਆ, ਫਿਰ ਤੁਸੀਂ ਕਿਉਂ ਲਿਖਦੇ ਹੋ, ਤੁਹਾਨੂੰ ਨਿਊਟਰਲ ਰਹਿਣਾ ਪੈਣਾ ਜੀ ਉੱਥੇ, ਜਿਹੜੀ ਪੇਨ ਦੀ ਗੱਲ ਹੈ ਉਹ ਬੇਸ਼ੱਕ ਕਰੋ, ਉਹਦੇ ਵਿੱਚ ਜਦੋਂ ਨਾ ਤੁਸੀਂ ਲਿਖ ਦਿੰਦੇ ਹੋ ਵੀ ਇੱਕ ਬੱਚਾ ਉਹਨੂੰ ਕਿਸੇ ਦੇ ਕੱਪੜੇ ਨਹੀਂ ਪਸੰਦ ਸੀ, ਉਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਯੂ ਆਰ ਏ ਚਮਾਰ, ਉਹ ਗੱਲਾਂ ਤਾਂ ਜ਼ਰੂਰ ਹੋਈਆਂ ਹੋਣੀਆਂ, ਪਰ ਜਦੋਂ ਆਪਾਂ ਇੱਥੇ ਕਰਦੇ ਹਾਂ ਉਹ ਕਿਹਨੇ ਕਹੀਆਂ, ਕਦੋਂ ਕਹੀਆਂ, ਕੌਣ ਕੌਣ ਇਨਵੋਲਵ ਸੀਗਾ, ਉਹ ਤਾਂ ਕੁਛ ਨਹੀਂ ਪਤਾ। ਇੱਦਾਂ ਤਾਂ ਹੁਣ ਜਿੱਦਾਂ ਆਪਾਂ ਜੱਟ ਬੂਟ ਜਾਂ ਹੋਰ ਕਈ ਗੱਲਾਂ ਲਿਖ ਸਕਦੇ ਹਾਂ। ਗੱਲ ਇਹ ਆ ਵੀ ਗੱਲ ਜਦ ਵਿੱਚੋਂ ਜਿਹੜਾ ਅੰਤਰੀਬ ਤੋਂ ਚੱਲ ਰਹੀ ਹੈ, ਸਿੱਖੀ ਤੋਂ ਚੱਲ ਰਹੀ ਹੈ, ਜਿਹੜੇ ਉਹ ਸ਼ਬਦ ਨੇ ਜਾਂ ਚਮਕੀਲੇ ਦੀ ਗੱਲ ਆ, ਉਹ ਸਿੱਧ ਤੋਂ ਉੱਧਰ ਨੂੰ ਆ ਵੀ ਇਹਨਾਂ ਨੇ ਕੀਤੀ ਹੈ, ਜਿਵੇਂ ਜਿਵੇਂ ਉਹਨੂੰ ਖੂਹ 'ਤੇ ਚੜ੍ਹਨ ਤੋਂ ਮਨਾ ਕਰਦੇ ਨੇ, ਉੱਥੇ ਯੂਪੀ ਬਿਹਾਰ 'ਚ ਕਰਦੇ, ਪੰਜਾਬ 'ਚ ਤਾਂ ਕਰਦੇ ਨਹੀਂ, ਅਸੀਂ ਇਕੱਠੇ ਖੇਤੀ ਕਰਦੇ, ਇਕੱਠੇ ਇੱਕੋ ਜਗ੍ਹਾ 'ਤੇ ਬਹਿ ਕੇ ਖਾਂਦੇ ਪੀਂਦੇ, ਪਰਿਵਾਰ 'ਚ ਇੱਕੋ ਜਗ੍ਹਾ ਤਰੀਕੇ ਨਾਲ ਰਹਿੰਦੇ। ਹਾਂਜੀ, ਈਵਨ ਸਾਡੀਆਂ ਚਾਚੀਆਂ ਤਾਈਆਂ ਉਹ ਨੇ ਜਿਹੜੀਆਂ ਸਾਨੂੰ ਖੜਾਉਂਦੀਆਂ ਰਹੀਆਂ। ਬਿਲਕੁਲ ਬਿਲਕੁਲ, ਈਵਨ ਆਪਾਂ ਇੱਥੇ ਵੀ ਜੀ ਮਤਲਬ ਕਦੇ ਵੀ ਨਹੀਂ ਪਤਾ ਆਪਾਂ ਨੂੰ ਪਤਾ ਨਹੀਂ ਹੈਗਾ, ਮਤਲਬ ਆਪਾਂ, ਪਰ ਇਹਦੇ ਨਾਲ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਮੁਨਕਰ ਹਾਂ ਜੀ, ਧੱਕਾ ਨਹੀਂ ਹੋਇਆ। ਨਾ ਨਾ, ਮੈਨੂੰ ਪਤਾ ਵੀ ਅਸੀਂ ਕਹਿੰਦੇ ਹਾਂ, ਅਸੀਂ ਕਿਤੇ ਗੱਲ ਕੋਈ ਹੋਊਗੀ ਪਰਸੈਂਟੇਜ 'ਤੇ ਜਿਹੜਾ ਕਹੂਗਾ ਵੀ ਤੂੰ ਆ, ਪਰ ਅਸੀਂ ਨਹੀਂ ਕਹਿੰਦੇ। ਹਾਂ, ਜਦੋਂ ਆਪਾਂ ਇੱਦਾਂ ਕਹਾਂਗੇ ਨਾ ਵੀ ਕੁਛ ਸਿੱਖਾਂ ਨੇ ਕੀਤਾ, ਹਾਂ ਫਿਰ ਠੀਕ ਆ, ਹਾਂ ਕੀਤਾ ਹੋਏਗਾ, ਪਰ ਜਦੋਂ ਤੁਸੀਂ ਕੈਨੇਡਾ ਵਰਗੇ ਮੁਲਕ 'ਚ ਕਿਸੇ ਨੂੰ ਸਟੀਰੀਓਟਾਈਪ ਕਰਦੇ ਹੋ, ਕੋਈ ਬਲੈਂਕਟ ਸਟੇਟਮੈਂਟ ਦਿੰਦੇ ਹੋ, ਉਹ ਫਿਰ ਰੇਸਿਜ਼ਮ 'ਚ ਆਉਂਦੀ ਹੈ ਜੀ ਉਹ। ਬਿਲਕੁਲ ਠੀਕ ਹੈ, ਔਰ ਉਹ ਹੇਟਫੁਲ ਸਪੀਚ ਹੈ ਫਿਰ ਉਹ। ਆਪਾਂ ਹੁਣ ਕਿਸੇ ਵੀ ਕਮਿਊਨਿਟੀ ਨੂੰ, ਕਿਸੇ ਨੂੰ, ਗੈਰ ਸਿੱਖ ਨੂੰ ਆਪਾਂ ਜੇ ਕਹੀਏ ਸਾਰੇ ਇੱਦਾਂ ਦੇ ਆ, ਉਹ ਫਿਰ ਆਪਣੇ 'ਤੇ ਕੇਸ ਹੋਣਾ ਲਾਜ਼ਮੀ ਹੈ ਜੀ। ਸੋ ਹਾਲੇ ਹਾਲ ਦੀ ਘੜੀ ਆਪਾਂ ਡਾਊਨ ਟਾਊਨ ਤੋਂ ਅਸੀਂ ਦੋਸਤਾਂ ਨੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਅਸੀਂ ਇੱਕ ਫਰਮ ਹਾਇਰ ਕੀਤੀ ਹੋਈ ਹੈ ਜੀ। ਜ਼ਰੂਰੀ ਹੈ ਜੀ, ਅਤੇ ਉਹ ਜਿੰਨੇ ਐਕਡੈਮਿਕ ਨੇ ਉਹਨਾਂ ਨੂੰ ਸਾਰਿਆਂ ਨੂੰ ਇੰਸਟੀਟਿਊਸ਼ਨਸ ਨੂੰ ਚਿੱਠੀਆਂ ਲਿਖੀ ਹੋਈ ਆ, ਜਗਮੀਤ ਸਿੰਘ ਉਹਨਾਂ ਨੂੰ ਗਈ ਹੋਈ ਆ, ਦੱਸ ਭਾਈ, ਇਹਦੇ 'ਚ ਪੁੱਛਿਆ ਗਿਆ ਵੀ ਭਾਈ ਅਪਰੂਵ ਕਿਹਨੇ ਕੀਤੀ ਆ, ਔਰ ਯੂਨੀਵਰਸਿਟੀਜ਼ ਨੇ ਜਿਹੜਾ ਆਹ ਫਾਈਨਲ ਪ੍ਰੋਡਕਟ ਸੀਗਾ ਇਹ 'ਤੇ ਸੀਲ ਕਿਹੜੀ ਲਾਈ ਸੀਗੀ, ਉਹ ਕਾਗਜ਼ ਸਾਨੂੰ ਭੇਜੋ ਜਿੱਥੇ ਇਸ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਐਗਜੀਬਿਸ਼ਨ ਭੇਜੀ ਆ ਅਤੇ ਉਹਨਾਂ ਨੇ ਅਪਰੂਵ ਕੀਤੀ ਆ, ਬਈ ਵੀ ਅਪਰੂਵ ਐਵਰੀ ਵਰਡ, ਹੈ ਨਾ, ਕਿਉਂਕਿ ਐਂਡ ਆਫ ਦਾ ਡੇ ਤਾਂ ਉਹ ਅਕਾਊਂਟੇਬਲ ਨੇ ਨਾ।
ਰੂਪਮਾਨ ਜੇ ਕਿਸੇ ਨੇ ਕਰਨਾ ਹੋਵੇ ਫਿਰ ਉਹ ਕਿੱਥੇ ਜਾ ਕੇ ਵੇਖਣ? ਹੁਣ ਤੁਸੀਂ ਤਾਂ ਮਿਹਨਤ ਕਰਕੇ 14-15 ਬਣਾ ਲਿਆ, ਚੱਕ ਕੇ ਲਿਆਇਓ ਮੈਨੂੰ ਦਿਖਾਉਣ ਦੇ ਲਈ ਵੀ ਆਹ ਚੀਜ਼ਾਂ ਨੇ। ਹੋਰ ਜੇ ਕਿਸੇ ਨੇ ਵੇਖ ਕੇ ਆਪਣਾ ਇਹਦੇ 'ਤੇ ਦੇਣਾ ਹੋਵੇ ਵੀ ਉਹ ਕੀ ਸੋਚਦੇ ਆ, ਆਪਣੀ ਰਾਏ ਦੇਣੀ ਹੋਵੇ, ਕਿਵੇਂ ਦਿੱਤੀ ਜਾਊ? ਜੀ ਜੀ, ਇੱਕ ਤਾਂ ਅਸੀਂ ਆਪਣੇ ਵੱਲੋਂ ਵੀਡੀਓ ਬਣਾ ਕੇ ਪਾਈ ਹੋਈ ਹੈ ਜੀ ਬੰਜਾਰਾ ਨੁਮਾਇਟ 'ਤੇ। ਹਾਂਜੀ, ਓਕੇ, ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ, ਸਲਾਈਡ ਸਾਰੀਆਂ ਹੀ ਉੱਥੇ ਅਸੀਂ ਪਾਈ ਹੋਈ ਆ। ਸੋ ਵੈਬਸਾਈਟ ਆਪਣੀ ਹੈਗੀ ਬੰਜਾਰਾ ਨੁਮਾਇਟ। ਹਾਂਜੀ, ਯੂਟਿਊਬ ਜਿਹੜਾ ਪੇਜ ਹੈ ਨਾ ਯੂਟਿਊਬ, ਹਾਂਜੀ ਬੰਜਾਰਾ ਨੁਮਾਇਟ ਦਾ, ਉੱਥੇ ਜਾਓ, ਵੀਡੀਓ 'ਤੇ ਜਾ ਕੇ ਦੇਖ ਲਓ। ਮੈਨੂੰ ਕਿਉਂਕਿ ਗੁਰੂ ਸਾਹਿਬ ਦਾ ਜ਼ਿਕਰ ਹੋਇਆ ਵਿੱਚ, ਉਹਨਾਂ ਦੇ ਅਦਬ ਤੋਂ ਉਲਟ ਗੱਲ ਹੋਈ ਆ, ਇਸ ਕਰਕੇ ਮੈਂ ਖੁਦ ਆਪ ਆਪਣਾ ਬਿਆਨ ਦਿੱਤਾ ਹੋਇਆ, ਉਹਦੀ ਵੀਡੀਓ ਵੀ ਪਈ ਆ ਉੱਥੇ, ਉਹ ਵੀ ਜ਼ਰੂਰ ਦੇਖੋ। ਔਰ ਹੋ ਸਕਦਾ ਕਿ ਅਸੀਂ ਵੀ ਗਲਤ ਹੋਈਏ ਕਿਤੇ, ਉਹ ਵੀ ਸਾਨੂੰ ਇਨਪੁੱਟ ਜ਼ਰੂਰ ਦਵੋ ਵੀ ਭਾਈ ਆਹ ਗੱਲ ਤੁਹਾਡੀ ਠੀਕ ਨਹੀਂ ਹੈਗੀ, ਉਹ ਵੀ ਅਸੀਂ ਜੇ ਗਲਤ ਹੋਈ ਅਸੀਂ ਮੰਨਾਂਗੇ। ਬਿਲਕੁਲ, ਵੀ ਦੇਖੋ ਜੀ ਵੀ ਆਹ ਅਸੀਂ ਇਨਾਮ ਸਾਡੇ ਤੋਂ, ਔਰ ਜਿਹੜੇ ਬਿਜ਼ਨਸ ਨੇ ਜਿਹਨਾਂ ਦਾ ਧੰਨਵਾਦ ਕੀਤਾ ਹੋਇਆ, ਉਹ ਬਿਜ਼ਨਸ ਵੀ ਮੋਹਰੇ ਆਉਣ, ਕਿ ਮੈਨੂੰ ਕਾਫੀ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਉੱਥੇ ਲਿਖ ਹੋਇਆ ਕੀ ਆ। ਹੋਇਆ ਜਿੱਦਾਂ ਮੈਂ ਤੁਹਾਡੇ ਕੋਲ ਆਵਾਂ, ਮੈਂ ਕਹਾਂ ਵੀਰ ਜੀ ਐਂਟੀ ਰੇਸਿਜ਼ਮ ਤੇ ਗੱਲ ਕਰਨੀ ਆ, ਮੈਂ ਕਹਾਂ ਆਓ ਜੀ ਕਰੋ ਗੱਲ। ਹਾਂ, ਹੁਣ ਤੁਸੀਂ ਕਹੋ ਆਹ ਮਾਈਕ ਪਿਆ ਜੀ ਕਰ ਲਓ ਗੱਲ ਤੇ ਮੈਂ ਚੱਲਦਾ, ਹੁਣ ਤੁਹਾਨੂੰ ਤਾਂ ਪਤਾ ਨਹੀਂ ਮੈਂ ਕੀ ਗੱਲ ਕਰਨੀ ਆ। ਸੋ ਇਹ ਮੈਂ, ਮੇਰਾ ਕਾਫੀ ਯਕੀਨ ਹੈ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ, ਪਰ ਜੇ ਉਹ ਵੀ ਸੁਣਦੇ ਨੇ ਉਹ ਵੀ ਜ਼ਰੂਰ ਦੇਖਣ ਆ ਕੇ ਉੱਥੇ ਵੀ ਗੱਲ ਹੋਈ ਕੀ ਹੋਈ ਆ। ਕਿਉਂਕਿ ਜਦੋਂ ਆਪਾਂ ਇਸ ਐਗਜੀਬਿਸ਼ਨ ਨੂੰ ਦੇਖਣਾ ਨਾ, ਜਿਹੜੇ 'ਚ ਚਿੰਨ੍ਹ ਨੇ ਅਤੇ ਪ੍ਰਤੀਕ ਨੇ, ਉਹਦੇ ਵਿੱਚ ਜਿਹੜੇ ਸੰਕੇਤ ਦਿੱਤੇ ਹੋਏ ਨੇ, ਆਪਾਂ ਉਹਦੇ ਰਹੱਸ ਨੂੰ ਸਮਝਣਾ ਆ। ਬਿਲਕੁਲ ਠੀਕ, ਕਿਉਂਕਿ ਜੇ ਇਕੱਲਾ ਆਪਾਂ ਦੇਖ ਲਿਆ ਓਵਰ ਕੈਸ ਐਂਟੀ ਰੇਸਿਜ਼ਮ ਫੋਟੋ ਖਿਚਾ ਲਈ, ਫਿਰ ਗੱਲ ਸਮਝ ਨਹੀਂ ਆਉਂਦੀ। ਹੌਲੀ ਪੜ੍ਹਨਾ, ਹੌਲੀ ਫਾਈਨ ਲਾਈਨ ਨੂੰ ਪੜ੍ਹਨਾ, ਫਾਈਨ ਲਾਈਨ ਨੂੰ ਪੜ੍ਹਨਾ ਵੀ ਜੇ ਉਹਦੇ 'ਚ ਚਮਕੀਲੇ ਦੀ ਫੋਟੋ ਆ, ਹੁਣ ਨਾ ਤਾਂ ਚਮਕੀਲਾ ਕੈਨੇਡੀਅਨ ਆ ਤੇ ਨਾ ਹੀ ਮਤਲਬ ਉਹਦਾ ਕੋਈ ਇੱਥੇ ਹੈ ਨਹੀਂ ਲੈਣ ਦੇਣ, ਉਦਾਂ ਚਲੋ ਕਈਆਂ ਨੂੰ ਪਸੰਦ ਆ ਉਹਦੀ ਗੀਤਕਾਰੀ, ਉਹਦੇ 'ਚ ਕੋਈ ਦਿੱਕਤ ਨਹੀਂ। ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਉਹ 1+1=2 ਜੱਟਾਂ ਦੀ ਧੀ, ਇੱਦਾਂ ਕਰਕੇ ਜਦੋਂ ਨੈਰੇਟਿਵ ਸਿਰਜਦੇ ਹੋ ਨਾ, ਫਿਰ ਉਹਦੇ ਮਾਰਨ ਦਾ ਕਾਰਨ ਇਹ ਆ। ਹਾਂ, ਮਾਰਨ ਦਾ ਕਾਰਨ ਇਹ ਆ। ਹੁਣ ਦੇਖੋ ਆਪਣੇ ਕਈ ਦੋਸਤ ਨੇ ਜੀ ਜਿਹੜੇ ਆਪਣੇ ਆਪ ਨੂੰ ਐਜ਼ ਏ ਜੱਟ ਆਈਡੈਂਟੀਫਾਈ ਕਰਾਉਂਦੇ ਪਰ ਰੱਬ 'ਚ ਯਕੀਨ ਨਹੀਂ ਰੱਖਦੇ। ਹੁਣ ਸਿੱਖ ਉਹਨਾਂ ਨੂੰ ਜਾ ਕੇ ਕਿੱਦਾਂ ਕਹਿ ਦੇਵੇ ਵੀ ਭਾਈ ਤੁਸੀਂ ਜਾਤਵਾਦ 'ਚ ਯਕੀਨ ਨਾ ਕਰੋ? ਆਪਾਂ ਕਹਿ ਨਹੀਂ ਸਕਦੇ। ਹੁਣ ਇੱਦਾਂ ਹੀ ਜਿਹਦੇ ਦਿੱਤੇ ਵੀ ਧੱਕਾ ਹੋ ਰਿਹਾ, ਆਪਾਂ ਨੂੰ ਸਿੱਖਾਂ ਨੂੰ ਉਹਦੇ ਨਾਲ ਖੜਨਾ ਪੈਣਾ। ਬਿਲਕੁਲ ਠੀਕ, ਜੇ ਜੱਟ ਨਾਲ ਧੱਕਾ ਖੜਾ ਹੋ ਰਿਹਾ ਉਹਨਾਂ ਵੀ ਖੜਨਾ ਪੈਣਾ, ਜੇ ਦਲਿਤ ਭਾਈਚਾਰੇ ਨਾਲ ਹੋ ਰਿਹਾ ਉਹਨਾਂ ਵੀ ਖੜਨਾ ਪੈਣਾ, ਹੈ ਨਾ। ਪਰ ਆਪਾਂ ਇਹ ਕਹਿੰਦੇ ਹੋਏ ਆਪਾਂ ਇਹ ਕਹਿੰਦੇ ਹਾਂ ਵੀ ਜਦੋਂ ਰੰਗਰੇਟਾ ਸਿੱਖੀ 'ਚ ਆਉਂਦਾ ਆ ਫਿਰ ਗੁਰੂ ਕਾ ਬੇਟਾ ਬਣਦਾ ਜੀ, ਉੱਥੇ ਜਾਤ ਪਾਤ ਹੈ ਨਹੀਂ। ਬਿਲਕੁਲ, ਔਰ ਮੈਨੂੰ ਕਰੈਕਟ ਕਰਿਓ ਜੀ, ਮੈਨੂੰ ਜੇ ਮੈਂ ਮੈਨੂੰ ਲੱਗਦਾ ਮੈਂ ਸਹੀ ਹਾਂ, ਪਰ ਜੇ ਨਾ ਵੀ ਹੋਵਾਂ, ਕਿ ਬੁੱਢਾ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਸ਼ਾਇਦ ਬਾਬਾ ਬਲਕਾਰ ਸਿੰਘ ਹੋਣੀ ਨੇ, ਉਹ ਨਾ ਜੱਟ ਨੇ ਨਾ ਛੀਂਬੇ ਨੇ ਨਾ ਸੈਣੀ ਨੇ, ਔਰ ਉਹਨਾਂ ਦਾ ਓਨਾ ਹੀ ਸਤਿਕਾਰ ਹੁੰਦਾ ਜਿੰਨਾ ਹੋਣਾ ਚਾਹੀਦਾ। ਔਰ ਉਹਨਾਂ ਨੂੰ ਕੋਈ ਜੱਟ ਜਿਹੜਾ ਰੱਬ ਨੂੰ ਨਹੀਂ ਵੀ ਯਕੀਨ ਕਰਦਾ ਉਹ ਵੀ ਮਿਲਦਾ, ਉਹ ਵੀ ਉਹਨਾਂ ਨੂੰ ਨਤਮਸਤਕ ਜਾਂ ਪੈਰੀ ਜਾਂ ਪੈਰ ਸਿਮਰਨ ਕਰਦਾ ਉਹਨਾਂ ਦਾ, ਹੈ ਨਾ। ਸੋ ਆਪਣੀ ਡੋਮੇਨ 'ਚ ਤਾਂ ਹੈ ਹੀ ਨਹੀਂ ਕਿਤੇ ਇਹ, ਪਰ ਆਪਾਂ ਇਹ ਵੀ ਨਹੀਂ ਮੁਨਕਰ ਹੁੰਦੇ ਵੀ ਕੋਈ ਵੀ ਨਹੀਂ ਕਰਦਾ ਪਿਆ, ਕਰਦਾ ਹੋਏਗਾ। ਤੇ ਅਖੀਰ ਦੇ ਵਿੱਚ ਇੱਕ ਬਰਨਵੀ ਮਿਊਜ਼ੀਅਮ ਦੇ ਪੇਜ 'ਤੇ ਉੱਥੇ ਵੀ ਪਿਆ ਜਿੱਥੇ ਸੰਵਾਦ ਚੱਲ ਰਿਹਾ ਔਨਲਾਈਨ। ਬਿਲਕੁਲ ਬਿਲਕੁਲ, ਅਤੇ ਆਪਣਾ ਕੋਈ ਕੰਟੈਕਟ ਨੰਬਰ ਤੁਹਾਡੇ ਨਾਲ ਪਹੁੰਚ ਕਰਨੀ ਹੋਵੇ ਕਿਸੇ ਨੂੰ? ਹਾਂਜੀ, ਆਪਣੇ ਨਾ ਬੰਜਾਰਾ ਨੋਮੈਡ ਕਲੈਕਸ਼ਨ 'ਤੇ ਜਦੋਂ ਥੱਲੇ ਸਕਰੋਲ ਕਰੂੰਗੇ ਉੱਥੇ ਈਮੇਲ ਅਤੇ ਫੋਨ ਨੰਬਰ ਦੋਨੋਂ ਹੀ ਹੈਗੇ ਨੇ। ਠੀਕ ਹੈ, ਸੋ ਉੱਥੇ ਪਲੀਜ਼ ਟੈਕਸ ਕਰ ਦਿਓ, ਕਈ ਦਫ਼ਾ ਫੋਨ ਨਹੀਂ ਅਟੈਂਡ ਹੁੰਦਾ, ਜਾਂ ਈਮੇਲ ਕਰ ਦਿਓ। ਔਰ ਦੂਸਰਾ ਬੇਨਤੀ ਇਹ ਆ ਕਿ ਆਪਾਂ ਈਵਨ ਜਿਹੜੀ ਆਪਾਂ ਅੱਜ ਗੱਲ ਵੀ ਕੀਤੀ ਹੈ ਨਾ, ਇਹਦੀ ਆਪਾਂ ਨੂੰ ਟ੍ਰਜੈਕਟਰੀ ਨਹੀਂ ਪਤਾ ਹੈਗੀ ਕੀ ਆ ਜੀ, ਇਹਦੀ ਰੈਜ਼ੋਨੈਂਸ ਐਕੋ ਕਿੱਥੇ ਹੋ ਰਹੀ ਆ,
ਪਰ ਆਪਣੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਵੀ ਇਸ ਖੂਬਸੂਰਤ ਮੁਲਕ ਨੂੰ, ਇਸ ਭਾਈਚਾਰੇ ਨੂੰ ਆਪਾਂ ਸਟਰੋਂਗ ਬਣਾਉਣਾ ਅਤੇ ਇੱਕ ਦੂਜੇ ਨੂੰ ਅਪਲਿਫਟ ਕਰਨਾ ਆ। ਬੰਜਾਰਾ ਨੋਮੈਡ ਹੈ ਜੀ, VANJARANOMAD, ਇਹ ਯੂਟਿਊਬ ਚੈਨਲ ਆ, ਤੁਸੀਂ ਪੁੱਛ ਰਹੇ ਹੋ ਵਟਸਐਪ ਦੇ ਰਾਹੀਂ ਬੰਜਾਰਾ ਨੋਮੈਡ, ਵੀ ਦੀ ਥਾਂ ਤੇ ਡਬਲਯੂ ਹੈ ਜੀ, ਡਬਲਯੂ ਆ, ਸੋਰੀ, ਬੰਜਾਰਾ, ਡਬਲਯੂ ਡਬਲਯੂ, ਹਾਂ, ਬੰਜਾਰਾ ਨੋਮੈਡ ਜੀ ਜੀ, ਉਹਦੇ 'ਤੇ ਜਾ ਕੇ ਵੀਡੀਓਜ਼ ਨੇ, ਹੋਇਆ ਕੀ ਆ ਸਾਰਾ ਕੁਛ ਉਹਦੇ 'ਤੇ ਸਰਦਾਰ ਪਨਾਲ ਹੋਣੀ ਕੋਸ਼ਿਸ਼ ਕਰ ਰਹੇ ਤੁਹਾਨੂੰ ਸਮਝਾਉਣ ਦੀ। ਹੋਰ ਫਰਦਰ ਸਵਾਲ ਹੋਣ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ, ਅਤੇ ਜਾਓਗੇ ਵੈਬਸਾਈਟ 'ਤੇ ਜਦ ਉੱਥੇ ਜਾ ਕੇ ਈਮੇਲ 'ਤੇ ਫੋਨ ਨੰਬਰ ਲਿਖਿਆ। ਬਾਈ ਜੀ ਧੰਨਵਾਦ ਉੱਦਮ ਲਈ, ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹੋ, ਰਲ ਕੇ ਆਪਾਂ ਚੰਗੀਆਂ ਚੀਜ਼ਾਂ ਹੋਣ, ਮਾੜੀਆਂ ਨੂੰ ਵਰਜਣ, ਇਹ ਬਹੁਤ ਵੱਡੀ ਗੱਲ ਹੈ। ਸਾਡੇ ਹੁਣ ਇਹ ਕਹਾਣੀ ਚੱਲ ਪਈ ਯਾਰ ਆਪਾਂ ਨੂੰ ਕੀ ਹੈ, ਜਿਹੜਾ ਕਰੂ ਉਹ ਭਰੂ, ਇਸ ਤਰ੍ਹਾਂ ਨਹੀਂ ਸਮਾਜ ਚੱਲਦੇ, ਇਸ ਤਰ੍ਹਾਂ ਨਾ ਧਰਮ ਚੱਲਦੀਆਂ ਨਾ ਕੌਮਾਂ ਚੱਲਦੀਆਂ ਨੇ। ਜਸਟਿਸ ਅਤੇ ਇਨਜਸਟਿਸ ਦੋ ਚੀਜ਼ਾਂ ਨੇ, ਐਮਨੈਸਟੀ ਵਾਲੇ ਕੀ ਕਹਿੰਦੇ ਨੇ, ਸਪੀਕ ਆਊਟ, ਬਸ ਇਹੀ ਆ। ਹੁਣ ਸਾਡੇ ਕਹੇ ਤੇ ਕਿਤੇ ਕਿੰਗਰੇ ਨਹੀਂ ਢਹਿਣੇ ਨਾ ਕਿੰਗਰੇ ਬਣਨੇ ਨੇ, ਪਰ ਅਸੀਂ ਆਪਣਾ ਕੰਮ ਕਰਨਾ ਜੀ ਜੀ। ਹਾਂ, ਚਿੜੀ ਜੰਗਲ ਦੀ ਅੱਗ ਨਹੀਂ ਬੁਝਾ ਸਕਦੀ, ਪਰ ਉਹ ਚੁੰਝ ਭਰ ਕੇ ਉਹਨੇ ਪਾਣੀ ਸੁੱਟਣਾ ਹੀ ਸੁੱਟਣਾ। ਬਿਲਕੁਲ ਬਿਲਕੁਲ, ਇਹੀ ਸਾਡੀ ਅਪਰੋਚ ਜੀ ਜੀ ਜੀ। ਧੰਨਵਾਦ ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਾਜ ਸਿੰਘ ਪਨਾਲ, ਬੰਜਾਰਾ ਨੋਮੈਡ, WANJARANOMAD, ਬਾਈ ਜੀ ਮਿਹਨਤ ਕਰਦੇ ਨੇ ਸਦਾ, ਅਤੇ ਇਹਨਾਂ ਦੇ ਜਿਹੜੇ ਆ ਕਲੈਕਟੇਬਲਸ ਦੁਨੀਆ ਦੇ ਵਿੱਚੋਂ ਲੱਭ ਲੱਭ ਕੇ, ਕਿਤਾਬਾਂ ਪੁਰਾਣੀਆਂ ਸਾਡੀਆਂ, ਸ੍ਰੀ ਸਾਹਿਬਾਂ ਅਤੇ ਸ਼ਸਤਰ ਜਿਹੜੇ ਨੇ ਉਹਦੇ ਵੀ ਦਰਸ਼ਨ ਕਰਾਉਂਦੇ ਨੇ। ਜਾਂ ਕਦੇ ਐਗਜ਼ੀਬਿਸ਼ਨ ਹੋਇਆ ਕਿਤੇ ਉਹ ਦੱਸਾਂਗੇ, ਪਰ